ਸਤਿ ਸ਼੍ਰੀ ਅਕਾਲ ਵੀਰੋ, ਫੇਸਬੁੱਕ ਪੇਜ 'ਤੇ ਲਾਈਵ ਹੋਇਆ। ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆ ਚੁੱਕੇ ਸੀ, ਕਹਿੰਦੇ ਬਾਈ ਪੁੱਛ ਰਹੇ ਸੀ ਕੀ ਬਣਿਆ ਗੱਲ ਜਿਹੜੀ ਟੋਲ ਟੈਕਸ ਤੋਂ ਬਾਅਦ। ਪਹਿਲਾਂ ਲਾਈਵ ਪਹਿਲੀ ਵਾਰੀ ਲਾਈਵ ਹੋਣ ਲੱਗਦਾ, ਜੇ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਤਾਂ ਲਾਈਵ ਸ਼ੇਅਰ ਕਰ ਦਿਓ, ਜੇ ਨਹੀਂ ਚੰਗੀਆਂ ਲੱਗਣਗੀਆਂ ਕੋਈ ਚੱਕਰ ਨਹੀਂ ਹੈਗਾ। ਅਤੇ ਇੱਕ ਜਾਣਾ ਕੋਈ ਜਾਣਾ ਕਮੈਂਟ ਮੈਨੂੰ ਇਹ ਗੱਲ ਬਸ ਕਰਕੇ ਦੱਸ ਦਿਓ ਵੀ ਆਵਾਜ਼ ਕਲੀਅਰ ਆ ਰਹੀ ਆ, ਆਵਾਜ਼ ਬੂਥ ਤੁਹਾਡੇ ਤੱਕ ਕਲੀਅਰ ਪਹੁੰਚ ਰਹੀ ਆ, ਅਤੇ ਆਵਾਜ਼ ਤੁਹਾਡੇ ਤੱਕ ਕਲੀਅਰ ਪਹੁੰਚ ਰਹੀ ਆ, ਬਸ ਮੈਨੂੰ ਇੰਨਾ ਕਮੈਂਟ ਕਰਕੇ ਦੱਸ ਦਿਓ, ਫਿਰ ਮੈਂ ਠਾਉਣਾ ਪੂਰੀ ਧੂੜ ਫਿਰ ਠਾਵਾਂਗੇ, ਦੇਖਦੇ ਹਾਂ ਫਿਰ ਕਰਦਾ ਗੱਲਾਂ ਬਾਤਾਂ। ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਕਿਵੇਂ ਆਪਾਂ ਨੇ ਬਾਈ ਤੇਰੇ ਆਹ ਗੱਲ ਬਾਈ ਮੇਰੇ ਫੈਨ ਨਹੀਂ ਹੈਗੇ, ਤੁਸੀਂ ਮੇਰੇ ਸਾਰੇ ਜਣੇ ਭਰਾ ਹੋ, ਫੈਨ ਫੂਨ ਵਾਲਾ ਮੈਂ ਕਹਾਉਣ ਦਾ ਮੈਂ ਲਾਈਕ ਨਹੀਂ ਹੈਗਾ, ਨਾ ਮੈਂ ਫੈਨ ਕਹਾਉਣ 'ਚ ਕੋਈ, ਮੇਰਾ ਦਿਲ ਖੁਸ਼ ਕਹਿੰਦਾ ਵੀ ਮੈਂ ਦਿਲੋਂ ਮੈਂ ਚੌੜਾ ਹੋਵਾਂ, ਮੈਂ ਖੁਸ਼ ਹੋਵਾਂ, ਤੁਸੀਂ ਮੈਨੂੰ ਫੈਨ ਕਹਿ ਰਹੇ ਹੋ। ਗੱਲਬਾਤ ਕਰਨ ਲਈ ਜਾ ਰਹੇ ਹਾਂ ਟੋਲ ਟੈਕਸ ਦੀ। ਮੈਂ ਕਿਸੇ ਬੱਬੂ ਮਾਨ ਦੀ ਗੱਲ ਨਹੀਂ ਕਰੂੰ, ਕਿਸੇ ਸਿੱਧੂ ਮੂਸੇਵਾਲ ਦੀ ਗੱਲ ਨਹੀਂ ਕਰੂੰ, ਕਿਸੇ ਦੀ ਗੱਲ ਨਹੀਂ ਕਰੂੰ, ਗੱਲ ਕਰੂੰ ਕਿਸਾਨਾਂ ਦੇ ਲੈਵਲ ਦੀ, ਆਪਣੇ ਸਾਡੇ ਹਿੱਤਾਂ ਦੀ ਗੱਲਬਾਤ ਕਰੂੰਗਾ, ਕਿਉਂਕਿ ਯੂਥ ਕਿਹੜੇ ਕੰਮਾਂ 'ਚ ਉਲਝਿਆ ਪਿਆ? ਯੂਥ ਸਿਰਫ ਉਲਝਿਆ ਪਿਆ ਫੰਡ ਦੇ ਵਿੱਚ, ਯੂਥ ਫੰਡ ਦੇ ਵਿੱਚ ਉਲਝਿਆ ਪਿਆ। ਯੂਥ ਕੀ ਕਰਦਾ, ਕੀਰਾਂ ਫੰਡ ਕਰ ਲਿਆ, ਇਸ ਤੋਂ ਬਾਅਦ ਜਦੋਂ ਦਾ ਯੂਥ ਜੋ ਤਾਂ ਉਹਨਾਂ ਦਾ ਦਿਲ ਖੁਸ਼ ਹੁੰਦਾ, ਉਹ ਤਾਂ ਫੰਡ ਕਰਦੇ, ਜੋ ਦੁਖੀ ਹੁੰਦੇ ਨੇ ਫਿਰ ਯੂਥ ਆਤਮ ਹੱਤਿਆ ਕਰਦਾ ਜਾਂ ਪੈਗ ਲਾਉਂਦਾ। ਯੂਥ ਇੱਥੇ ਕਿਤੇ ਕਰ ਉਲਝਿਆ ਪਿਆ। ਮੇਰਾ ਕੰਮ ਹੈ ਇੱਕ ਵੀਡੀਓ ਬਣਾਉਣ ਦਾ, ਵੀਡੀਓ ਦੇ ਜ਼ਰੀਏ ਤੁਸੀਂ ਮੇਰੇ ਵੀਡੀਓ ਚੱਕ ਕੇ ਦੇਖ ਲਿਓ, ਕਿਸਾਨੀ ਲੈਵਲ ਦੀਆਂ ਕਿਸਾਨ ਯੂਨੀਅਨ ਨੂੰ ਪ੍ਰਮੋਟ ਕਰਿਆ ਅੱਜ ਤੱਕ ਯੂਥ ਨੇ, ਐਕਟਰ ਸਿੰਗਰ ਨੇ, ਕਿਸੇ ਨੇ ਕਿਸਾਨ ਯੂਨੀਅਨ ਨੂੰ ਪ੍ਰਮੋਟ ਨਹੀਂ ਕਰਿਆ। ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੂੰ ਇਹ ਨਹੀਂ ਪਤਾ ਵੀ ਮੁੰਡਾ ਕਰ ਕੀ ਰਿਹਾ, ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੂੰ ਇਹ ਨਹੀਂ ਪਤਾ ਵੀ ਕਿਸਾਨ ਯੂਨੀਅਨ ਨੂੰ ਪ੍ਰਮੋਟ ਕਰ ਰਿਹਾ ਮੁੰਡਾ। ਅੱਜ ਤੱਕ ਪ੍ਰਧਾਨਾਂ ਦੇ ਮੂੰਹੋਂ ਕਿਤੇ ਇਹ ਗੱਲ ਨਹੀਂ ਆਈ, ਕਦੇ ਇਹ ਗੱਲ ਨਹੀਂ ਆਈ, ਨਾ ਆਉਣੀ ਆ। ਚਲੋ ਠੀਕ ਆ, ਮੈਂ ਲੱਖੋਵਾਲ ਗਰੁੱਪ ਦੇ ਵਿੱਚ ਕੰਮ ਕਰਦਾ, ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅੱਗੇ ਵੀ ਕੰਮ ਕਰਦੇ ਰਹਾਂਗੇ। ਪਰ ਜਿਹੜੀ ਮੈਂ ਗੱਲ ਕਰਨੀ ਆ ਟੋਲ ਟੈਕਸ ਵਾਲੀ, ਟੋਲ ਟੈਕਸ 'ਤੇ ਕੀ ਹੋਇਆ ਸੀਗਾ ਵੀਰੋ, ਸਾਰੀ ਘਟਨਾ ਕਹਾਣੀ ਮੈਂ ਦੱਸਣ ਲਈ ਜਾ ਰਿਹਾ। ਟੋਲ ਟੈਕਸ 'ਤੇ  25,000 ਲੋਕਾਂ ਨੇ ਵੀਡੀਓ ਸ਼ੇਅਰ ਕਰੀ ਆ, ਅਤੇ 1.5 ਮਿਲੀਅਨ ਇਕੱਲਾ ਮੇਰੇ ਪੇਜ 'ਤੇ ਵਿਊ ਆ, ਅਤੇ ਬਾਕੀ ਚੈਨਲਾਂ 'ਤੇ ਚੱਲ ਰਹੀ ਆ, ਚੈਨਲ ਵਾਲੇ ਇੰਟਰਵਿਊ ਮੰਗ ਰਹੇ ਨੇ, ਕਿਸੇ ਚੈਨਲ ਨੂੰ ਹਜੇ ਇੰਟਰਵਿਊ ਨਹੀਂ ਦਿੱਤੀ, ਹਜੇ ਟਾਈਮ ਨਹੀਂ ਸੀ ਹੈਗਾ ਚੈਨਲ ਨੂੰ ਇੰਟਰਵਿਊ ਦੇਣ ਦਾ। ਕਾਰਨ ਕੀ ਸੀਗਾ ਟੋਲ ਟੈਕਸ 'ਤੇ, ਪਹਿਲਾਂ ਪੂਰੀ ਕਹਾਣੀ ਸੁਣ ਲਓ। ਪ੍ਰਸ਼ਾਸਨ ਵੀ ਕਹਿੰਦਾ ਸੀਗਾ ਤੇਰੇ 'ਤੇ ਪਰਚਾ ਕਰ ਦਾਂਗੇ, ਇਹ ਕਰ ਦਾਂਗੇ, ਕਿਉਂਕਿ ਕਾਫੀ ਗੱਲਾਂ ਆਈਆਂ ਸੀ ਵੀਡੀਓ ਡਿਲੀਟ ਕਰ ਦੇ। ਵੀਡੀਓ ਜੱਟ ਨਹੀਂ ਡਿਲੀਟ ਕਰਦਾ, ਜਦੋਂ ਕਿਰਾਂ ਵੀਡੀਓ ਪੈਗੀ ਉਹਦੀ ਧਮਕੀ ਆਉਣ ਲੱਗੇ, ਕਹਿੰਦੇ ਵੀਡੀਓ ਡਿਲੀਟ ਕਰਦੇ, ਜੇ ਤੇ ਜਦੋਂ ਕਿਰਾਂ ਵੀਡੀਓ ਪੈਗੀ ਮੈਂ ਨਹੀਂ ਡਿਲੀਟ ਕਰਦਾ ਹੁੰਦਾ, ਚਾਹੇ ਕੋਈ ਪਰਚਾ ਦਰਜ ਕਰਦੇ, ਚਾਹੇ ਜੋ ਜਿਹਨੇ ਕਰਨਾ ਕਰਦੇ, ਨਾ ਖਾਸ ਖਾਸ ਵਾਲੇ ਮੁੱਦੇ ਵਾਲੀ ਵੀਡੀਓ ਡਿਲੀਟ ਕਰੀ ਆ, ਨਾ ਇਹ ਮੁੱਦੇ ਵਾਲੀ ਡਿਲੀਟ ਵੀਡੀਓ ਡਿਲੀਟ ਕਰਨੀ ਆ। ਕਾਰਨ ਕੀ ਸੀਗਾ ਵੀਰੋ, ਅੱਧਾ ਪੌਣਾ ਘੰਟਾ ਦੀਆਂ ਲੈਣਾ ਰਾਜਪੁਰਾ ਤਾਂ ਜਿਹੜਾ ਪਟਿਆਲੇ ਨੂੰ ਆਉਂਦਾ ਟੋਲ ਟੈਕਸ, ਉੱਤੇ ਲੈਣਾ ਲੱਗੀਆਂ ਖੜੀਆਂ ਸੀਗੀਆਂ। ਜੇ ਗੱਲ ਚੰਗੀ ਲੱਗੀ ਤਾਂ ਲਾਈਵ ਸ਼ੇਅਰ ਜ਼ਰੂਰ ਕਰ ਦਿਓ, ਜਿਹੜੇ ਦਿਲੋਂ ਪਿਆਰ ਕਰਦੇ ਨੇਗੇ। ਗੱਲਾਂ ਇੱਕੋ ਇੱਕ ਵੀਰ ਦਾ ਜਦੋਂ ਮੈਂ ਲਾਈਵ ਹਟੂੰਗਾ, ਕਮੈਂਟ ਪੜ੍ਹ ਕੇ ਲਾਈਵ ਕੱਟੂੰਗਾ, ਜਿਹੜੇ ਵੀ ਤੁਸੀਂ ਜਾਣੇ ਕਮੈਂਟ ਕਰਨੇ ਹੋ, ਮੈਂ ਪੜ੍ਹ ਰਿਹਾ, ਮੈਂ ਸੁਣ ਰਿਹਾ, ਦੇਖ ਰਿਹਾ, ਸਾਰੇ ਜਾਣਿਆਂ ਦਾ ਮੈਂ ਕਮੈਂਟ ਪੜ੍ਹ ਕੇ ਫਿਰ ਲਾਈਵ ਕੱਟੂੰਗਾ। ਪਹਿਲਾਂ ਮੈਂ ਪੂਰੀ ਗੱਲਬਾਤ ਦੱਸਣ ਲਈ ਜਾ ਰਿਹਾ। ਟੋਲ ਟੈਕਸ 'ਤੇ ਕੀ ਹੋਇਆ ਸੀ, ਲੈਣਾਂ ਲੱਗੀਆਂ ਖੜੀਆਂ ਸੀਗੀਆਂ, ਅੱਧਾ ਪੌਣਾ ਘੰਟਾ ਸਾਰਿਆਂ ਨੂੰ ਲੈਣਾਂ ਦੇ ਵਿੱਚ ਖੜ੍ਹਨਾ ਪੈ ਰਿਹਾ ਸੀ। ਪਿੱਛੇ 2 ਐਂਬੂਲੈਂਸਾਂ ਖੜ੍ਹੀਆਂ ਸੀ, ਇੱਕ ਮੇਰੇ ਹਿਸਾਬ ਨਾਲ ਕਹਿੰਦੇ ਸੀ ਵੀ ਪੁਲਿਸ ਦਾ ਵੱਡਾ ਅਫਸਰ, ਪਤਾ ਨਹੀਂ SSP, ਪਤਾ ਨਹੀਂ DSP, ਉਹ ਵੀ ਉਸੇ ਲੈਣਾਂ ਦੇ ਵਿੱਚ ਖੜ੍ਹਾ ਸੀ, ਕਿਉਂਕਿ BIP ਲੈਣ ਸੀ ਜਿਹੜੀ, ਉੱਧਰ ਵੀ ਸਾਰੇ ਲੈਣਾਂ ਲੱਗੀਆਂ ਖੜ੍ਹੀਆਂ ਸੀਗੀਆਂ, ਕੋਈ BIP ਲੈਣ ਨਹੀਂ ਸੀ ਲੰਘ ਸਕਦੀ, ਕੋਈ ਵੀ ਤਰੀਕਾ ਹੈ ਨਹੀਂ ਸੀਗਾ, ਕੋਈ ਉਹਨਾਂ ਕੋਲ ਐਂਬੂਲੈਂਸ ਲਗਾਉਣ ਦਾ ਤਰੀਕਾ ਨਹੀਂ ਸੀਗਾ ਵੀ ਅਸੀਂ BIP ਲੈਣ ਵੀ ਕਿਧਰੇ ਲੰਘਾ ਦਈਏ ਲੈਣ। ਉੱਥੋਂ ਮੈਂ ਕੀ ਕਰਿਆ, ਮੈਂ ਲੈਣ ਦੇ ਵਿੱਚ ਆ ਕੇ ਮੇਰਾ ਟੋਲ ਟੈਕਸ ਉਹਨਾਂ ਨੇ ਪਹਿਲਾਂ ਹੀ ਨਹੀਂ ਕੱਟਾ, ਉਹਨਾਂ ਨੂੰ ਪਤਾ ਸੀਗਾ ਇਹ ਬੰਦਾ ਇਹ ਬੋਲਣ ਵਾਲਾ ਵੀ ਸਾਡੇ ਖਿਲਾਫ਼ ਬੋਲੂਗਾ, ਮੇਰੀ ਗੱਡੀ ਖੜਾ ਕੇ ਮੈਂ ਸਾਈਡ 'ਤੇ ਉਹਦੀ ਖੜਾਤੀ, ਮੈਂ ਲੋਕਾਂ ਦੇ ਹੱਕ ਦੇ ਲਈ ਉੱਥੇ ਉਹਨਾਂ ਨਾਲ ਲੜਿਆ ਬੋਲਿਆ। ਕਿਸੇ ਮਾਂ ਦੇ ਪੁੱਤ ਨੇ, ਕਿਸੇ ਨੇ ਵੀ ਐਡੀ ਲੋਕਾਂ ਦੀ ਜ਼ਮੀਰ ਮਰੀ ਹੋਈ ਆ, ਉਹ ਤਾਂ ਕਹਿੰਦੇ ਅਸੀਂ ਭਗਤ ਸਿੰਘ ਦੇ ਵਾਰਸ ਹਾਂ ਅਸੀਂ, ਠੀਕ ਆ, ਅਸੀਂ ਪੰਜਾਬੀ ਕਹਾਉਣੇ ਹਾਂ, ਅਸੀਂ ਇਹ ਕਹਾਉਣੇ, ਕਿਸੇ ਨੇ ਮਾਂ ਦੇ ਪੁੱਤ ਨੇ 5-4 ਬੰਦੇ ਬਾਅਦ 'ਚ
ਜਦੋਂ ਲਾਈਵ ਚੱਲੇਗਾ 5-7 ਬੰਦੇ ਬਾਅਦ 'ਚ ਉਹਨਾਂ ਦਾ ਮੈਂ ਧੰਨਵਾਦ ਕਰਦਾ, ਉਹ ਮੇਰੇ ਹੱਕ ਜ਼ਰੂਰ ਬੋਲੇ ਨੇ। ਪਰ ਕਿਸੇ ਮਾਂ ਦੇ ਪੁੱਤ ਨੇ ਇਹ ਨਹੀਂ ਕਿਹਾ ਵੀ ਆ ਜਾ ਗੱਡੀ 'ਚ ਉਤਰ ਗਏ 5-7 ਬੰਦੇ ਜਿਹੜੇ ਪਿੰਡਾਂ ਵਾਲੇ ਬੰਦੇ ਸੀਗੇ, ਪਿੰਡਾਂ ਵਾਲੇ ਦਿਲੋਂ ਪਿਆਰ ਕਰਨ ਵਾਲੇ, ਜਿਨ੍ਹਾਂ ਨੂੰ ਪਤਾ ਸੀ ਭਾਣ ਨਾਲ ਲੜੀ ਜਾਂਦਾ, ਉਹ ਮੇਰੇ ਹੱਕ ਜ਼ਰੂਰ ਬੋਲੇ ਨੇਗੇ। ਗੱਡੀਆਂ 'ਚ ਮਾਂ ਦੇ ਪੁੱਤ ਮੈਂ ਤਾਂ ਕਹੀ ਹਾਂ ਟੂਲ ਟੈਕਸ ਨਾ ਕਟਾਓ, ਆਪ ਉਹਨਾਂ ਤੋਂ ਡਰਦੇ ਮਾਰੇ ਨਾ ਉਈ। ਜਨਾਨੀਆਂ ਵਰਗੇ ਬੰਦੇ ਨੇ ਸ਼ਹਿਰਾਂ ਵਾਲੇ ਬੰਦੇ, ਜਿਹੜੇ ਸ਼ਹਿਰਾਂ 'ਚ ਬੰਦੇ ਨੇ ਨਾ ਜਨਾਨੀਆਂ ਵਰਗੇ ਬੰਦੇ ਰਹਿੰਦੇ ਨੇ। ਮੈਂ ਗੱਲ ਕਹਿਣਾ ਪਿੰਡਾਂ 'ਚ ਫਿਰ ਵੀ ਹਜੇ ਅਣਖ ਇੱਜ਼ਤ ਹੈਗੀ ਆ, ਪਿੰਡਾਂ ਵਾਲੇ ਲੋਕ ਜਿਹੜੇ ਜੱਟ ਨੇ ਨਾ, ਜੋ ਵੀ ਆ ਚਲੋ ਜੱਟ ਜੋ ਵੀ ਪਰਿਵਾਰ ਪਿੰਡਾਂ ਦੇ ਵਿੱਚ ਰਹਿੰਦੇ ਨੇਗੇ, ਪਰ ਉਹਨਾਂ ਦੇ ਵਿੱਚ ਅਣਖ ਹੈਗੀ ਆ, ਸ਼ਹਿਰਾਂ ਵਾਲਿਆਂ ਦੇ ਵਿੱਚ ਤਾਂ ਜਮੀ ਅਣਖ ਮਰੀ ਹੋਈ ਆ। ਜਨਾਨੀਆਂ ਵਰਗੇ ਬੰਦੇ ਨੇਗੇ, ਗੱਡੀਆਂ ਜਨਾਨੀਆਂ ਵਾਂਗੂ ਲੰਘਾਈ ਗਏ, ਇਹ ਨਹੀਂ ਹੈਗਾ ਵੀ ਭਾਣਾ ਲੜੀ ਕਿਹਦੇ ਲਈ ਜਾਂਦਾ। ਜਨਾਨੀਆਂ ਵਰਗੇ ਬੰਦੇ ਸੀਗੇ, ਉਈ ਗੱਡੀਆਂ, ਮੈਂ ਤਾਂ ਗੱਡੀਆਂ ਲਗਾਈਆਂ ਵਾ ਆਪ, ਇੱਕ ਟਰੱਕ ਵਾਲਾ ਦੇਖਿਆ ਮੈਂ, ਇੱਕ ਟਰੱਕ ਵਾਲਾ ਮੈਂ ਬਹੁਤ ਤੱਕੜ ਦੇਖਿਆ। ਕੀ ਲੈ ਬਈ ਚਾਹ ਪੀ ਲੈ, ਤੇਰੀ ਮੈਨੂੰ ਪਤਾ ਹੋ ਗਿਆ, ਚਾਹ ਤਾਂ ਮੈਂ ਪੀ ਲੈਣਾ, ਚਾਹ ਦੀ ਲੋੜ ਹੈ ਤੈਨੂੰ? ਮੈਂ ਪੀਣਾ, ਚਾਹ ਬੰਦ ਕਰਦੇ ਯਾਰ, ਮੈਂ ਨਾ ਹੀ ਹੋਇਆ ਬੈਠਾ। ਜਨਾਨੀਆਂ ਵਰਗੇ ਬੰਦੇ ਸੀਗੇ ਉਈ ਇੱਕ ਟਰੱਕ ਵਾਲਾ ਦੇਖਿਆ, ਜੱਟ, ਉਹਨੇ ਠੱਡਾ ਮਾਰਿਆ ਪੱਟ ਕੇ ਬਰਾਂ ਨੂੰ, ਉਹ ਹੁੰਦਾ ਜੱਟ, ਠੀਕ ਆ, ਉਹਨੂੰ ਕਿਹਾ ਜਾਂਦਾ ਟਰੱਕ ਡਰਾਈਵਰ। ਚਲੋ ਜੋ ਵੀ ਆ, ਮੈਂ ਉਹ ਕਹਿਣਾ ਵੀ ਤੱਕੜ, ਮੈਂ ਸਾਰੇ ਕਾਸਟਾਂ ਨੂੰ ਪਿਆਰ ਕਰਦਾ, ਮੈਂ ਸਾਰਿਆਂ, ਮੈਂ ਕਿਸੇ ਨੂੰ ਮੰਨਦਾ ਨਹੀਂ, ਪਰ ਉਹ ਚਲੋ ਨਿਕਲ ਜਾਂਦੀ ਆ ਮੂੰਹ 'ਚੋਂ ਕਈ ਵਾਰੀ ਆਵਾਜ਼, ਪਰ ਜਿਹੜੇ ਅਸਲੀ ਪਿੰਡਾਂ ਦੇ ਵਿੱਚ ਵੱਸਦੇ ਨੇ ਲੋਕ, ਟਰੱਕ ਵਾਲੇ ਟੂਲ ਟੈਕਸ ਵਾਲਾ ਪੱਟ ਕੇ ਪਰਾਂ ਮਾਰਿਆ, ਉਹ ਹੁੰਦਾ ਇਹ ਜਨਾਨੀਆਂ ਵਰਗੇ ਬੰਦੇ ਟੂਲ ਟੈਕਸ ਕਟਾਈ ਜਾਣ। ਤੁਸੀਂ ਘੰਟਾ ਘੰਟਾ ਦਾ ਲਾਈਨਾਂ ਦੇ ਵਿੱਚ ਖੜੇ ਹੋ, ਕਿਸੇ ਵੀ ਟੂਲ ਟੈਕਸ 'ਤੇ ਤੁਹਾਨੂੰ 5 ਮਿੰਟਾਂ ਤੋਂ ਵੱਧ ਨਹੀਂ ਰੋਕਿਆ ਜਾ ਸਕਦਾ, ਨਹੀਂ ਰੋਕਿਆ ਜਾ ਸਕਦਾ। ਟੂਲ ਟੈਕਸ ਇਹਨਾਂ ਦਾ ਪਿਓ ਦਾ, ਸੜਕਾਂ ਇਹਨਾਂ ਦੀਆਂ ਪਿਓ ਦੀਆਂ ਨੇਗੀਆਂ, ਟੂਲ ਟੈਕਸ ਸੜਕਾਂ ਬਣੀਆਂ ਕਿਹਦੇ 'ਤੇ ਨੇ? ਸਾਡੇ ਪੰਜਾਬ ਦੀ ਜ਼ਮੀਨ 'ਤੇ ਸੜਕਾਂ ਬਣੀਆਂ ਹੋਈਆਂ ਨੇ, ਕਰੋੜਾਂ ਰੁਪਇਆ ਕਮਾ ਰਹੇ ਨੇ। ਅੱਛਾ, ਪਹਿਲਾਂ ਤਾਂ ਸਾਥੋਂ ਜਦੋਂ ਅਸੀਂ ਗੱਡੀ ਕਢਾਉਂਦੇ ਹਾਂ ਇੱਕ ਏਜੰਸੀ ਦੇ ਵਿੱਚੋਂ, ਇੱਕ ਨਵੀਂ ਗੱਡੀ ਕਢਾਈ ਜਾਂਦੀ ਆ, ਉਦੋਂ ਰੋਡ ਟੈਕਸ ਉਦੋਂ ਹੀ ਠੋਕ ਦਿੰਦੇ ਨੇ ਇਹ। ਅੱਛਾ, ਇਸ ਤੋਂ ਬਾਅਦ ਇੱਕ ਟੋਲ ਟੈਕਸ ਦੀ ਕਮਾਈ ਬਾਬੇ ਉਹ 2-2 ਕਰੋੜ ਰੁਪਇਆ, ਮੈਂ ਕਹਿੰਦਾ ਦਿਨ ਦੀ ਕਰੋੜ ਦੀ ਕਮਾਈ ਹੋ, 2-2 ਕਰੋੜ ਰੁਪਇਆ ਇੱਕ ਟੋਲ ਟੈਕਸ ਦੀ ਕਮਾਈ। ਰਾਜਪੁਰੇ ਵਾਲੇ ਟੋਲ ਟੈਕਸ ਦੀ 2 ਕਰੋੜ ਰੁਪਇਆ ਕਮਾਈ ਭਾਵਾਂ ਹੋਵੇ, ਮੈਨੂੰ ਪੱਕਾ ਪਤਾ ਨਹੀਂ ਵੀ ਇੰਨੀ ਕਮਾਈ ਹੋ ਸਕਦੀ ਆ, 2 ਕਰੋੜ ਰੁਪਇਆ ਪਲੱਸ ਭਾਵਾਂ ਹੋ ਸਕਦੀ ਆ, ਮੇਰਾ ਦਿਮਾਗ ਦਾ ਆਈਡੀਆ, ਮੈਂ ਕਿਸੇ ਤੋਂ ਪੁੱਛਿਆ ਨਹੀਂ, ਕਿਸੇ ਤੋਂ ਇਹ ਗੱਲ ਹੋਰ ਕਰੀ ਨਹੀਂ, 2-2 ਕਰੋੜ ਰੁਪਏ ਦੀ, 2-2 ਕਰੋੜ ਰੁਪਇਆ ਇਹਨਾਂ ਦੀ ਆਮਦਨ ਹੈ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ? ਕਿਸੇ ਵੀ ਜਨਾਨੀਆਂ ਵਰਗੇ ਬੰਦੇ ਹੋਏ ਹੋਏ ਨੇ, ਕਿਸੇ ਮਾਂ ਦੇ ਪੁੱਤ ਨੇ ਗੱਡੀ 'ਚੋਂ ਨਿਕਲ ਕੇ, ਘੱਟੋ ਘੱਟ ਮੈਂ 200-300 ਗੱਡੀ, ਮੈਂ ਕਹਿੰਦਾ ਉੱਥੇ ਤੁਸੀਂ ਟੋਲ ਟੈਕਸ ਦੇਖ ਲਿਓ ਵੀ 200-300 ਗੱਡੀ ਉੱਥੇ ਬਿਨਾਂ ਟੈਕਸ ਤੋਂ ਕਢਾਤੀ, ਕੋਈ ਟੈਕਸ ਨਹੀਂ ਉਹਨਾਂ ਨੂੰ ਭਰਨਾ ਪਿਆ, ਪਰ ਕਿਸੇ ਮਾਂ ਦੇ ਪੁੱਤ ਨੇ ਜਦੋਂ ਗੱਡੀ ਕੱਢ ਲਈ, ਕਿਸੇ ਮਾਂ ਦੇ ਪੁੱਤ ਨੇ ਗੱਡੀ ਨਹੀਂ ਰੋਕੀ ਵੀ ਭਾਣਾ ਸਿੱਧੂ ਬੋਲੀ ਕੀ ਜਾਂਦਾ, ਵੀ ਭਾਣਾ ਸਿੱਧੂ ਬੋਲੀ ਕੀ ਜਾਂਦਾ, ਕਿਸੇ ਮਾਂ ਦੇ ਪੁੱਤ ਨੇ ਗੱਡੀ ਨਹੀਂ ਰੋਕੀ, ਕਿੱਡੀ ਆ ਲੋਕਾਂ ਦੀ ਜ਼ਮੀਰ ਮਰੀ ਹੋਈ ਆ ਵੀ ਗੱਡੀ ਜਿਹੜੀ ਲੰਘ ਗਈ, ਜਿਹੜਾ ਤੁਸੀਂ 200-300 ਬੰਦਾ ਲੰਘ ਗਿਆ ਉਹ ਤਾਂ ਮੇਰੇ ਸਪੋਰਟ 'ਚ ਖੜ੍ਹ ਜਾਓ, ਉਹ ਤਾਂ ਖੜ੍ਹ ਜਾਓ, ਬਿਨਾਂ ਟੈਕਸ ਤੁਸੀਂ ਦੇਖ ਲਿਓ ਵੀ ਗੱਡੀਆਂ ਕਢਾਈਆਂ ਨੇ। ਇੱਕ ਟਰੱਕ ਡਰਾਈਵਰ ਵੀਰ ਸੀ, ਉਹ ਟਰੱਕ ਸਾਈਡ 'ਤੇ ਖੜਾ ਕਰਕੇ ਉਹ ਮੇਰੇ ਹੱਕ 'ਚ ਆ ਕੇ ਬੋਲਣ ਲੱਗਿਆ, ਟਰੱਕ ਡਰਾਈਵਰ। ਫਿਰ ਵੀ ਟਰੱਕ ਡਰਾਈਵਰਾਂ ਦਾ ਮੈਂ ਧੰਨਵਾਦ ਕਰਦਾ, ਜਿਹੜੇ ਇੰਨਾ ਉਹਨਾਂ ਦਾ ਦਲੇਰੀ ਹੁੰਦੀ ਆ, ਦਿਲ ਹੁੰਦਾ। ਅੱਜ ਕੀ ਯੂਥ ਕੀ ਆ, ਯੂਥ ਨੂੰ ਕੀ ਲੋੜ ਆ, ਯੂਥ ਨੂੰ ਲੋੜ ਆ ਸਿਰਫ ਐਂਟਰਟੇਨਮੈਂਟ ਦੀ। ਜਿਹੜੇ ਯੂਥ ਮੁੰਡੇ ਦਾ ਗੱਡੀਆਂ ਕੱਢੀਆਂ ਨਾ, ਯੂਥ ਸਿਰਫ ਲੁੱਚਪਣੇ ਨੂੰ ਭੈਣ ਚੋ ਨੰਗਾ ਹੋ ਕੇ, ਜੇ ਕਿਸੇ ਨੇ ਫੇਮਸ ਹੋਣਾ ਨਾ, ਨੰਗਾ ਹੋ ਕੇ ਟਿੱਕਟੋਕ 'ਤੇ ਵੀਡੀਓ ਪਾ ਦਿਓ, ਅੱਥ ਨੂੰ ਫੇਮਸ ਹੋ ਜੂ ਉਹ ਬੰਦਾ, ਨੰਗਾ ਹੋ ਕੇ ਨੱਚ ਲਓ ਅੱਥ ਨੂੰ ਉਹ ਬੰਦਾ ਫੇਮਸ ਹੋ ਜੂ। ਸਭ ਤੋਂ ਵੱਡਾ ਤਰੀਕਾ ਫੇਮਸ ਹੋਣ ਦਾ ਇਹ ਆ, ਯੂਥ ਨੂੰ ਹਰ ਟਾਈਮ ਇੰਟਰਟੇਨਮੈਂਟ ਚਾਹੀਦਾ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਨਾਲ, ਕਿਸੇ ਚੀਜ਼ ਨਾਲ ਲੈਣ ਦੇਣ ਨਹੀਂ। ਜਾਂ ਤਾਂ ਯੂਥ ਕਰਦਾ ਖੁਦਕਸ਼ੀ, ਜਾਂ ਕਰਦਾ, ਜੋ ਤਾਂ ਯੂਥ ਖੁਸ਼ ਹੁੰਦਾ ਉਹ ਤਾਂ ਇੰਟਰਟੇਨਮੈਂਟ ਕਰਦਾ, ਇਸ ਤੋਂ ਬਾਅਦ ਯੂਥ ਕੀ ਕਰਦਾ, ਜਦੋਂ ਦੁਖੀ ਹੁੰਦਾ ਤਾਂ ਉਹਨਾਂ ਨੇ ਆਤਮ ਹੱਤਿਆ ਕਰ ਲੈਣੀ। ਆਹ ਯੂਥ ਦਾ ਕੰਮ ਰਹਿ ਗਿਆ ਪੰਜਾਬ ਦੇ ਦਾ, ਕਿਸੇ ਵੀ ਕੰਮ ਦੇ ਵਿੱਚ ਜੇ ਭਗਤ ਸਿੰਘ ਕਹਿੰਦਾ ਵੀ ਚਰਖਿਆਂ ਨਾਲ ਆਜ਼ਾਦੀ ਆਜੂ, ਨਹੀਂ ਆ ਸਕਦੀ ਸੀ। ਜਦੋਂ ਵੀ ਕਿਸੇ ਚੀਜ਼ ਦਾ ਬਦਲਾਅ ਹੁੰਦਾ ਤਾਂ
ਜ਼ੋਰ ਦੇਣਾ ਪੈਂਦਾ ਤਾਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਮੇਰਾ ਕੰਮ ਕੀ ਆ, ਮੇਰਾ ਵੀ ਉਹੀ ਐਕਟਰ ਸਿੰਗਰ ਵਾਲਾ ਕੰਮ ਹੋਇਆ। ਵਾਹਿਗੁਰੂ ਅਕਾਲ ਪੁਰਖ ਨੇ ਬਣਾਇਆ ਮੈਨੂੰ, ਉਹ ਆਪਣੀ ਲਾਈਨ 'ਚੋਂ ਫਿਲਮਾਂ ਦੀਆਂ ਔਫਰਾਂ ਆ ਰਹੀਆਂ ਨੇ, ਮੈਂ ਫਿਲਮਾਂ ਦੇ ਵਿੱਚ ਕੰਮ ਕਰੂੰ, ਮੈਂ ਕੋਈ ਰਾਜਨੀਤੀ ਦੇ ਵਿੱਚ ਨਹੀਂ ਆਉਣਾ। ਮੈਂ ਬਿਲਕੁਲ ਕਿਸਾਨ ਯੂਨੀਅਨ ਵਾਲਿਆਂ ਨੂੰ ਕੀ ਹੋਇਆ ਵੀ ਇਹ ਮੁੰਡਾ ਪ੍ਰਧਾਨ ਬਣੂਗਾ, ਮੈਂ ਨਹੀਂ ਪ੍ਰਧਾਨ ਬਣਨਾ। ਮੇਰਾ ਤਾਂ ਰੁਤਬਾ ਵਾਹਿਗੁਰੂ ਨੇ ਅਕਾਲ ਪੁਰਖ ਨੇ ਉਹੀ ਬਹੁਤ ਵੱਡਾ ਬਣਾਈ ਦਾ, ਮੈਂ ਪ੍ਰਧਾਨ ਕਿਤੋਂ ਤੁਹਾਡੇ ਤੋਂ ਕੁਛ ਨਹੀਂ ਲੈਣਾ। ਕਿਸਾਨ ਯੂਨੀਅਨ ਨੂੰ ਇਹ ਹੋਇਆ ਖਸ ਖਸ ਵਾਲੇ ਮੁੱਦੇ ਤੋਂ ਇਹ ਹੋਇਆ ਵੀ ਮੁੰਡਾ ਇਹ ਕਿਤੇ ਪ੍ਰਧਾਨ ਨਾ ਬਣ ਜੇ, ਮੈਂ ਪ੍ਰਧਾਨ ਨਹੀਂ ਬਣਨਾ। ਮੈਨੂੰ ਕਿਸਾਨ ਯੂਨੀਅਨ ਕੋਈ ਵੀ ਕਿਤੇ ਵੀ ਪਾਰਟੀ ਬੁਲਾ ਰਹੀ ਆ, ਕਿਸਾਨ ਯੂਨੀਅਨ ਜਿੱਥੇ ਕਿਤੇ ਕਰ ਮੇਰੇ ਨਾਲ ਯੂਥ ਹੈਗਾ, ਮੈਂ ਯੂਥ ਲੈ ਕੇ ਕਿਸੇ ਵੀ ਧਰਨੇ ਦੇ ਵਿੱਚ ਪਹੁੰਚੂੰਗਾ। ਪਰ ਤੁਸੀਂ ਮੇਰੀ, ਤੁਸੀਂ ਮੈਨੂੰ ਸਮਝੋ ਵੀ ਇਹ ਮੁੰਡਾ ਕਰਨਾ ਕੀ ਚਾਹੁੰਦਾ। ਮੇਰੇ ਦਾਦੇ ਨੂੰ ਫਰੋੜ ਲਓ ਵੀ ਇਹ ਮੁੰਡੇ ਨੇ, ਮੇਰੇ ਦਾਦੀ ਨੇ ਕੀ ਕਰਵਾਉਣੀਆਂ ਸੀ, ਇੱਕ ਬਿੱਘਾ ਵੀ ਜ਼ਮੀਨ ਦਾ ਨਹੀਂ ਵਧਾਇਆ। ਜਿੰਨੀ ਘਰ ਦੀ ਪ੍ਰਾਪਰਟੀ ਹੈਗੀ ਆ ਦਾਦੇ ਕੋਲੇ, 30 ਸਾਲ ਕਿਸਾਨਾਂ ਦੇ ਲਈ ਦਾਦੇ ਨੇ ਸੇਵਾ ਕਰੀ ਆ, ਉਹ ਦਿਲ 'ਚ ਉਹ ਖੂਨ ਖੂਨ ਬਲੱਡ 'ਚ ਆ ਉਹ ਖੂਨ। 30 ਸਾਲ ਕਿਤੇ ਮਰਜ਼ੀ ਜਾ ਕੇ ਪਤਾ ਕਰ ਲਓ, ਜੇ ਮੇਰੇ ਦਾਦੇ ਨੇ ਇੱਕ ਬਿੱਘਾ ਵੀ ਜ਼ਮੀਨ ਦਾ ਵਧਾਇਆ ਹੋਵੇ, ਜੇ ਉਹਦੇ ਕੋਲ ਐਡੇ ਵੱਡੇ ਅਹੁਦੇ ਸੀਗੇ। ਇਹ ਪ੍ਰਧਾਨਾਂ ਨੇ, ਇਹਨਾਂ ਨੇ ਕਿਸਾਨ ਯੂਨੀਅਨ ਨੇ ਇੰਨੀਆਂ ਗਦਾਰੀਆਂ ਕਰੀਆਂ, ਮੇਰੇ ਦਾਦੇ ਨੇ ਇੰਨੀਆਂ ਮੇਰੇ ਦਾਦੇ ਨਾਲ ਗਦਾਰੀਆਂ ਕਰੀਆਂ, ਇਹੀ ਪ੍ਰਧਾਨ ਇਹੀ ਪ੍ਰਧਾਨਾਂ ਨੇ, ਮੇਰੇ ਦਾਦੇ ਨੇ ਇੰਨੀਆਂ ਮੇਰੇ ਦਾਦੇ ਨੇ ਗਰਦਾਰੀਆਂ ਕਰੀਆਂ। ਮੇਰੇ ਦਾਦੇ ਦੀ ਨੱਕ ਦੀ ਹੱਡੀ ਸਪੈਸ਼ਲ ਕਿਸਾਨਾਂ ਦੇ ਲਈ ਟੁੱਟੀ, ਕਿਸਾਨਾਂ ਦੇ ਲਈ ਵੱਡੀਆਂ ਲੜਾਈਆਂ ਮੇਰੇ ਦਾਦਾ ਜੀ ਨੇ ਲੜੀਆਂ, ਪਰ ਅੱਜ ਤੱਕ ਕੋਈ ਅਹੁਦਾ ਨਹੀਂ ਲਿਆ, ਕੋਈ ਵੀ ਅਹੁਦਾ ਨਹੀਂ ਲਿਆ। ਇਹਨਾਂ ਦਾ ਕਾਰਨ ਕੀ ਆ, ਮੈਨੂੰ ਸਭ ਪਤਾ ਸੀਗਾ। ਮੈਨੂੰ ਵੱਡੇ ਵੱਡੇ ਧਮਕੀਆਂ ਜਦੋਂ ਖਸ ਖਸ ਵਾਲਾ ਮੁੱਦਾ ਹੋਇਆ ਸੀਗਾ, ਜੇ ਖਸ ਖਸ ਵਾਲਾ ਮੁੱਦਾ ਐਵੇਂ ਜਿਕਰੂ ਚੱਲਦਾ ਰਹਿੰਦਾ ਤਾਂ 100% ਪੰਜਾਬ ਦੇ ਵਿੱਚ ਇਸ ਵਾਰ ਪੰਜਾਬ ਦੀ ਖਸ ਖਸ ਦੀ ਖੇਤੀ ਹੋ ਜਾਣੀ ਸੀ। ਪਰ ਬਕਾਊ ਲੁੱਕ ਸਿਸਟਮ ਮਹਿਕਮਾ ਬਹੁਤ ਜ਼ਿਆਦਾ ਆ, ਮੈਂ ਕਿਸੇ ਤੋਂ ਡਰਦਾ ਨਹੀਂ, ਕਿਸੇ ਤੋਂ ਹੋਣੀ ਕਰਦਾ। ਸੱਚੇ ਦਿਲ ਨਾਲ ਕੋਈ ਬੰਦਾ ਕਹਿੰਦਾ ਸਾਥ ਦੇ ਕੇ ਰਾਜੀ ਨਹੀਂ। ਮੈਂ ਵੀ ਵੀਡੀਓ ਬਣਾਉਣਾ, ਮੈਂ ਐਕਟਰ ਸਿੰਗਰ ਲੈਣ ਦੇ ਵਿੱਚ ਰਹੂੰਗਾ, ਰਹਿੰਦਾ ਹੋਇਆ ਇੱਕ ਗੱਲ ਨੋਟ ਕਰ ਲਓ, ਅੱਜ ਮੈਂ ਕਿਸੇ ਪ੍ਰਧਾਨਗੀ ਉਹਦੇ 'ਤੇ ਨਹੀਂ ਆਊਂਗਾ, ਕਿਸੇ ਪੋਲੀਟੀਕਲ ਪਾਰਟੀ ਨਾਲ ਟਾਈ ਅਪ ਨਹੀਂ ਕਰੂੰ, ਕਿਸਾਨਾਂ ਦੇ ਲਈ ਸੇਵਾ ਕਰੂੰਗਾ। ਮੇਰਾ ਕੰਮ ਹੈ ਵੀਡੀਓ ਬਣਾਉਣਾ, ਇੰਟਰਟੇਨਮੈਂਟ ਵੀਡੀਓ ਵੀ ਬਣਾਊਂਗਾ ਅਤੇ ਨਾਲ ਨਾਲ ਮੈਸੇਜ ਵਾਲੀਆਂ ਵੀਡੀਓ ਵੀ ਬਣਾਊਂਗਾ। ਪਰ ਜਿਹੜਾ ਯੂਥ ਹੈ, ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਜਿੰਨੇ ਵੀ ਤੁਸੀਂ ਮੇਰੇ ਭਰਾ ਫੇਸਬੁੱਕ ਪੇਜ 'ਤੇ ਲਾਈਵ ਦੇਖ ਰਹੇ ਹੋ, ਜਿਹੜਾ ਪੰਜਾਬ ਦਾ ਯੂਥ ਹੈ, ਇਹਨੂੰ ਮੈਸੇਜ ਵਾਲੀਆਂ ਜਾਂ ਸਿੱਖਿਆ ਵਾਲੀਆਂ ਵੀਡੀਓ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਕਿਉਂਕਿ ਪੰਜਾਬ ਦਾ ਜਿਹੜਾ ਯੂਥ ਹੈ, ਇੱਕ ਹੁਣ ਟਿੱਕਟੋਕ 'ਚ ਚੱਲੀ ਆ, ਪੰਜਾਬ ਦੇ ਅੱਧੇ ਮੁੰਡੇ ਲੌਂਡੇ ਹੋ ਗਏ, ਤੁਹਾਨੂੰ ਸਭ ਨੂੰ ਇਹ ਗੱਲ ਪਤਾ, ਕੋਈ ਮੇਰੀਆਂ ਭੈਣਾਂ ਸੁਣ ਰਹੀਆਂ ਨੇ, ਕੋਈ ਚੱਕਰ ਨਹੀਂ, ਅੱਧੇ ਮੁੰਡੇ ਗੇ ਹੋ ਗਏ ਪੰਜਾਬ ਦੇ ਉੱਥੋਂ ਉਹ ਚੀਜ਼ 'ਤੇ ਜਾ ਕੇ ਟਿੱਕਟੋਕ 'ਤੇ ਐਵੇਂ ਚਿੱਤੜ ਮਾਰ ਮਾਰ ਵੀਡੀਓ ਪਾਉਂਦੇ ਨੇ, ਚਲੋ ਪਾਉਣ ਕੋਈ ਚੱਕਰ ਨਹੀਂ। ਪਰ ਆਪਣੇ ਸਿਸਟਮ ਬਾਰੇ, ਮੈਂ ਟਿੱਕਟੋਕ ਨੂੰ ਮਾੜਾ ਨਹੀਂ ਕਹਿ ਰਿਹਾ, ਆਪਣੇ ਕਾਨੂੰਨ ਬਾਰੇ ਜਾਂ ਆਪਣੇ ਹਿੱਤਾਂ ਬਾਰੇ ਤਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਪਤਾ ਹੋਣਾ ਚਾਹੀਦਾ। ਤਾਂ ਕਰਕੇ ਮੈਂ ਕਈ ਵੀਡੀਓ ਹੁੰਦੀਆਂ ਨੇ, ਕਈ ਵੀਡੀਓ ਮੇਰੇ ਪਏ ਹੁੰਦੇ ਨੇ ਵੀ ਭਾਨੇ ਨਾ ਫਣੀ ਵੀਡੀਓ ਬਣਾਤੀ ਜਾਂ ਇਹ ਵੀਡੀਓ ਬਣਾਤੀ, ਭਾਨਾ ਫਣੀ ਵੀਡੀਓ ਬਣਾਉਂਦਾ, ਪਰ ਇਹ ਯੂਥ ਕਰਕੇ, ਯੂਥ ਨੂੰ ਨਾਲ ਜੁੜ ਕੇ ਕਈ ਵਾਰੀ ਮੈਥੋਂ ਗਾਲ ਵੀ ਨਿਕਲ ਜਾਂਦੇ ਆ, ਯੂਥ ਨਾ ਇਹ ਚੀਜ਼ ਨੂੰ ਇਹਨੂੰ ਪਸੰਦ ਕਰਦਾ, ਤਾਂ ਕਰਕੇ ਮੈਨੂੰ ਉੱਦਾਂ ਦਾ ਰੁਤਬਾ ਅਪਣਾਉਣਾ ਪੈਂਦਾ। ਦੋ ਪੋਲੀਟੀਕਲ ਪਾਰਟੀਆਂ ਦੀ ਡਿਮਾਂਡ ਆਈ ਆ, ਦੋ ਦੀ ਕਹਿੰਦੇ ਮੁੰਡੇ ਦੀ ਆਵਾਜ਼ ਸੁਣ ਕੇ ਜਾਂ ਮੁੰਡੇ ਦਾ, ਤੁਹਾਨੂੰ ਮੈਂ ਇਹ ਗੱਲ ਦੱਸਣਾ, ਦੋ ਲੀਡਰਾਂ ਦੀ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜਾਂਦਾ। ਜੇ ਲੋਕਾਂ ਦੇ ਹਿੱਤ ਦੀ ਗੱਲ ਕਰੂਗਾ, ਜੇ ਕੋਈ ਵੀ ਲੀਡਰ ਸਾਡੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਦੀ ਗੱਲਬਾਤ ਕਰੂਗਾ, ਮੇਰੀ ਸਭ ਤੋਂ ਵੱਡੀ ਹੈਗੀ ਆ ਪੰਜਾਬ ਦੇ ਵਿੱਚ ਮੰਗ ਖਸ ਖਸ ਦੀ ਖੇਤੀ ਦੀ, ਕੋਈ ਵੀ ਲੀਡਰ ਇਹ ਗੱਲ ਕਹੇ ਮੈਂ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਕਰਵਾਊਂਗਾ ਅਗਲੇ ਸਾਲ ਜਿੱਥੇ ਮਰਜ਼ੀ, ਚਾਹੇ ਮੈਨੂੰ ਪੰਜਾਬ ਦੇ ਲਈ ਤੋਰ ਲਿਓ, ਕਿਉਂਕਿ ਪੰਜਾਬ ਦੇ ਵਿੱਚ ਇੱਕੋ ਹੀ ਖੇਤੀ ਆ, ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ, ਜੋ ਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲਾ ਸਕਦੀ ਆ, ਪੰਜਾਬ ਦੇ ਕਿਸਾਨਾਂ ਨੂੰ ਅਮੀਰ ਕਰ ਸਕਦੀ ਆ। ਇਸ ਟਾਈਮ ਪੰਜਾਬ ਦੇ ਕਿਸਾਨਾਂ ਦਾ
90 ਤੋਂ 80 ਤੋਂ 90,000 ਰੁਪਈਆ ਆਮਦਨ ਹੈ ਇੱਕ ਕਿੱਲੇ ਦੀ। ਜੇ 4-5 ਲੱਖ ਰੁਪਈਆ ਪੰਜਾਬ ਦੇ ਕਿਸਾਨਾਂ ਦੀ ਆਮਦਨ ਇੱਕ ਕਿੱਲੇ ਤੋਂ ਹੋਵੇ ਤਾਂ ਪੰਜਾਬ ਦਾ ਕੋਈ ਮੁੰਡਾ ਕੁੜੀ ਬਾਹਰਲੇ ਦੇਸ਼ ਦੇ ਵਿੱਚ ਨਾ ਜਾਵੇ। ਪੰਜਾਬ ਦੇ ਮੁੰਡਾ ਕੁੜੀ ਬਾਹਰਲੇ ਦੇਸ਼ ਦੇ ਵਿੱਚ ਤਾਂ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ, ਪੰਜਾਬ ਦੀ ਖੇਤੀ ਦਾ ਭੱਠਾ ਬਿਠਾਤਾ। ਮੇਰੇ ਨਾਲ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਮੀਟਿੰਗ ਕਰੇ, ਮੈਂ ਦੱਸੂਗਾ ਵੀ 1 ਸਾਲ ਦੇ ਵਿੱਚ ਪੰਜਾਬ ਦਾ ਖੇਤੀ ਕਿਵੇਂ ਚੇਂਜ ਹੋ ਸਕਦੀ ਆ। ਪੰਜਾਬ ਦੇ ਵਿੱਚ ਕੋਲਡ ਸਟੋਰ ਲਾ ਦੇ, ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਚੀਜ਼ ਦੀ ਲੋੜ ਆ ਉਹ ਚੀਜ਼ ਦਿੱਤੀ ਜਾਵੇ, ਨਾ ਕਿ ਕਰਜ਼ੇ ਮਾਫੀ ਵਾਲਾ ਡਰਾਮਾ ਕਰਕੇ ਕਿਸਾਨਾਂ ਨੂੰ ਫੁੱਦੂ ਬਣਾਇਆ ਜਾਵੇ। 1 ਸਾਲ ਦੇ ਵਿੱਚ ਪੰਜਾਬ ਅਮੀਰ ਹੋ ਸਕਦਾ? 1 ਸਾਲ ਦੇ ਵਿੱਚ ਕਿਵੇਂ ਅਮੀਰ ਹੋ ਸਕਦਾ? ਕਿਉਂਕਿ ਪੰਜਾਬ ਦੀ ਧਰਤੀ ਉਪਜਾਊ ਇੰਨੀ ਕੁ ਜ਼ਿਆਦਾ ਉਪਜਾਊ ਆ ਕਿ ਵਰਲਡ ਦੀ ਸਭ ਤੋਂ ਧਰਤੀ ਪੰਜਾਬ ਦੀ ਧਰਤੀ ਉਪਜਾਊ ਧਰਤੀ ਆ। ਕੈਨੇਡਾ ਅਮੈਰੀਕਾ ਦੇ ਵਿੱਚ ਬਰਫ਼ ਬਰਫ਼ ਹੀ ਬਰਫ਼ ਪਈ ਆ, ਜਿੱਥੇ ਕਿ ਸਾਡੇ ਨੌਜਵਾਨ ਜਾ ਕੇ ਧੱਕੇ ਖਾਂਦੇ ਨੇ, ਮਜਬੂਰ ਹੋ ਕੇ ਧੱਕੇ ਖਾਂਦੇ ਨੇਗੇ। ਟੂਲ ਟੈਕਸ ਵਾਲੀ ਗੱਲ ਵੀਰੋ, ਕਿਸੇ ਨੇ ਮਾਂ ਦੇ ਪੁੱਤ ਨੇ ਉੱਥੇ ਸਾਥ ਨਹੀਂ ਦਿੱਤਾ ਟੂਲ ਟੈਕਸ ਦੇ ਉੱਤੇ, ਜਿਹੜੀ ਕਿ ਵੀਡੀਓ ਵਾਇਰਲ ਹੋਈ ਆ। ਪਹਿਲਾਂ ਪਰਚਾ ਕਰਾਉਣ ਨੂੰ ਕਹਿੰਦੇ ਸੀਗੇ, ਜਿਹੜੇ ਕਿ ਉਹਨੂੰ ਪਤਾ ਵੀ ਉਹਦੇ ਨਾਲ ਪਿੰਡਾਂ ਵਾਲੇ ਲੋਕ ਨੇਗੇ, ਉਹਦੇ ਨਾਲ ਪਿੰਡਾਂ ਵਾਲੇ ਲੋਕ ਜੁੜ ਕੇ ਉਹ ਟੂਲ ਟੈਕਸ 'ਤੇ ਧਰਨਾ ਲਾਊਗਾ, ਸਭ ਪਤਾ ਸੀ ਇਹ ਗੱਲ ਦਾ, ਤਾਂ ਟਿਕੇ ਨੇ। ਨਹੀਂ ਰਾਤੇ ਰਾਤ ਸਿਆਸਤਾਂ ਚੱਲ ਰਹੀਆਂ ਸੀ ਕਿ ਮੁੰਡੇ 'ਤੇ ਪਰਚਾ ਦਰਜ ਕਰੋ, ਇਹ ਸਿਆਸਤਾਂ ਚੱਲ ਰਹੀਆਂ ਸੀਗੀਆਂ। ਮੈਂ ਵੀ ਗਾਣੇ ਗਾਊਂਗਾ, ਮੈਂ ਵੀ ਗਾਣੇ ਲੈ ਕੇ ਆਊਂਗਾ, ਮੈਂ ਵੀ ਆਪਦਾ ਇੱਧਰ ਕੰਮ ਚਲਾਊਂਗਾ, ਕਿਉਂਕਿ ਮੇਰਾ ਇੱਧਰ ਪੈਸਾ ਬਣਦਾ ਮੈਂ ਬਣਾਊਂਗਾ, ਸਿੱਧੀ ਜੀ ਗੱਲ ਹੈ। ਪਰ ਇਹ ਕੰਮ ਦੇ ਵਿੱਚ ਰਹਿੰਦਾ ਹੋਇਆ ਕੋਈ ਐਕਟਰ ਸਿੰਗਰ ਅੱਜ ਤੱਕ ਪੰਜਾਬ ਦਾ ਇਹ ਦਿਖਾ ਦਿਓ ਜਿਹੜਾ ਕਿ ਕਿਸਾਨੀ ਲੈਵਲ ਦਾ ਕੋਈ, ਇਹ ਐਕਟਰ ਸਿੰਗਰ ਨਹੀਂ ਕਰਾ ਸਕਦੇ ਇਹ ਪਰਚੇ, ਐਵੇਂ ਐਕਟਰ ਸਿੰਗਰ ਨਹੀਂ ਕਰ ਸਕਦੇ। ਪਰ ਇੱਕ ਜੱਟ ਦਾ ਪੁੱਤ ਹੋਣ ਦੇ ਨਾਤੇ ਇੱਦਾਂ ਦੇ ਕੰਮ ਕਰਦਾ ਰਹੂੰਗਾ, ਇਹ ਗੱਲ ਕਦੇ ਵੀ ਦੇਖ ਲਿਓ। ਇੱਕ ਬਹੁਤ ਤਕੜੀ ਆਵਾਜ਼ ਆ, ਅੱਜ ਉਹੀ ਟੂਲ ਟੈਕਸ 'ਤੇ ਜਾ ਕੇ ਦੇਖ ਲਓ, ਲਾਈਨਾਂ ਨਹੀਂ ਲੱਗੀਆਂ ਹੋਈਆਂ, ਨਹੀਂ ਰੋਜ਼ ਲਾਈਨਾਂ ਲੱਗਦੀਆਂ ਉਹ ਟੂਲ ਟੈਕਸ 'ਤੇ। ਕੱਲ੍ਹ ਦਿਆਂ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਲੈਣਾ ਨਹੀਂ ਲੱਗੀਆਂ ਉਹ ਟੂਲ ਟੈਕਸ 'ਤੇ, ਮੈਨੂੰ ਪਤਾ ਲੱਗਿਆ ਇਹਨਾਂ ਨੇ ਲੈਣਾ ਲਾ ਕੇ ਫੁੱਦੂ ਬਣਾਈ, ਇਹਨਾਂ ਨੇ ਟੂਲ ਟੈਕਸ ਵਾਲੇ ਫੁੱਦੂ ਨਹੀਂ ਬਣਾਈ, ਤੁਰ ਜਾਂਦੇ। 200-300 ਗੱਡੀ ਉੱਥੇ ਕੱਢੀ ਆ, ਕਿਸੇ ਨੇ ਮਾਂ ਦੇ ਪੁੱਤ ਨੇ ਗੱਡੀ ਰੋਕ ਕੇ ਖੜਾ ਕੇ ਇਹ ਨਹੀਂ ਕਿਹਾ ਵੀ ਭਾਨੇ ਬਾਈ ਅਸੀਂ ਤੇਰੇ ਨਾਲ ਖੜੇ ਹਾਂ। ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਵੀਡੀਓ ਬਣਾਈ ਦਾ ਨਹੀਂ, ਉਹ ਮੈਨੂੰ ਕੁੱਟ ਵੀ ਸਕਦੇ ਸੀ, ਉਹਨਾਂ ਨੂੰ ਪਤਾ ਸੀਗਾ ਵੀ ਵੀਡੀਓ ਬਣਾਈ ਦਾ ਨਾਲ ਹੁੰਦੇ ਪ੍ਰਾਹੁਣਾ ਉਹਨਾਂ ਦਾ, ਪ੍ਰਾਹੁਣਾ ਉਹਨਾਂ ਦਾ ਵੀਡੀਓ ਬਣਾਇਆ, ਉਹਨਾਂ ਨੇ ਉਹਦੀ ਲਾਈਵ ਵੀਡੀਓ ਚਲਾਤੀ ਸੀ, ਉਹਨਾਂ ਨੂੰ ਪਤਾ ਸੀਗਾ ਵੀਡੀਓ ਬਣ ਰਹੀ ਆ। ਹਰਿਆਣੇ ਵਾਲੇ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਮੁੰਡਾ ਕੌਣ ਆ, ਜਦੋਂ ਬਾਅਦ ਸਰਚ ਕਰਿਆ ਵੀ ਇਹ ਮੁੰਡਾ ਤਾਂ ਉਹ ਹੈ ਵੀ ਇਹਦਾ ਕਿਸੇ ਤੋਂ ਅੱਜ ਤੀਕਰ ਖਸ ਖਸ ਵਾਲਾ ਪਰਚਾ ਹੋਇਆ ਸੀਗਾ, ਇਹ ਥੋੜ੍ਹਾ ਵੀ ਕਿਤੋਂ ਮਾਫ਼ੀ ਮੰਗ ਲਈ, ਆ ਜਾਓ ਵੀ ਲੜਾਈ ਲੜੀ ਆ ਖੜ ਕੇ। ਜੇ ਉੱਥੇ ਮੈਂ ਬਹੁਤ ਉਮਰ ਦਾ ਛੋਟਾ ਬੰਦਾ ਹਾਂ, ਜੇ ਉੱਥੇ ਸਿਆਸਤਾਂ ਨਾ ਹੁੰਦੀਆਂ ਨਾ ਅਸੀਂ ਖਸ ਖਸ ਵਾਲਾ ਮੁੱਦਾ ਵੀ ਜਿੱਤ ਲੈਂਦੇ, ਅਸੀਂ ਪੰਜਾਬ ਦੇ ਵਿੱਚ ਜਿੱਤ ਲੈਂਦੇ। ਡਰ ਲੱਗਦਾ ਇਹ ਗੱਲਾਂ ਤੋਂ, ਕਈ ਵਾਰੀ ਇਹ ਹੁੰਦਾ ਵੀ ਸਾਥ ਨਾ ਦੇਣ, ਕਿਉਂਕਿ ਦਾਦੇ ਨੂੰ ਦੇਖ ਕੇ, ਕਿਉਂਕਿ ਦਾਦੇ ਨੇ ਕੀ ਕਰਿਆ, ਦਾਦੇ ਨੇ 30-35 ਵਾਰ ਇਸੇ ਕੰਮਾਂ 'ਚ ਜੇਲ੍ਹ ਗਿਆ। ਦਾਦੇ ਦੀ ਸਾਰੇ ਮੈਨੂੰ ਘਰੋਂ ਗਾਲਾਂ ਕੱਢਦੇ ਨੇ, ਕਹਿੰਦੇ ਪਹਿਲਾਂ ਤੇਰੇ ਦਾਦੇ ਨੇ ਕੀ ਖੱਟ ਲਿਆ, ਲੋਕਾਂ ਲਈ ਬੋਲ ਕੇ ਕਹਿੰਦੇ ਤੇਰੇ ਦਾਦੇ ਨੇ ਕੀ ਖੱਟ ਲਿਆ, ਹੁਣ ਕਹਿੰਦੇ ਤੂੰ ਵੀ ਉਸੇ ਲਾਈਨ 'ਤੇ ਪਿਆ ਹੋਇਆ, ਮੈਨੂੰ ਘਰੋਂ ਗਾਲਾਂ ਕੱਢਦੇ ਨੇ। ਆਹ ਗੱਲ ਕਰਕੇ ਮੈਨੂੰ ਥੋੜ੍ਹੇ ਮੋਟੇ ਆਪਦੇ ਕੰਮ ਕਰਨੇ ਪੈਂਦੇ ਨੇ। ਦਾਦੇ ਦਾ ਕਿਤੇ ਮਰਜ਼ੀ ਸਾਡੇ ਪਿੰਡ 'ਚ ਜਾ ਕੇ ਪੁੱਛ ਲਓ ਵੀ ਉਹਨੇ ਜੇ ਇੱਕ ਬਿੱਘਾ ਵੀ ਜ਼ਮੀਨ ਦਾ ਵਧਾਇਆ ਹੋਵੇ, ਇੱਕ ਬਿੱਘਾ ਵੀ ਅਸੀਂ ਆਪਦੀ ਘਰ ਦੀ ਜ਼ਮੀਨ ਤੋਂ ਵਧਾਇਆ ਹੋਵੇ, ਦਾਦੇ ਕੋਲ ਏਡੇਦਾਰੀਆਂ ਅਹੁਦੇਦਾਰੀਆਂ ਰਹੀਆਂ ਨੇਗੀਆਂ, ਐਡਾ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਲਿਆਉਣ ਵਾਲੇ ਸਰਦਾਰ ਕਰਤਾਰ ਸਿੰਘ ਚੇਅਰਮੈਨ ਮੇਰੇ ਦਾਦਾ ਜੀ ਸੀਗੇ, ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਨੂੰ ਸਭ ਤੋਂ ਵੱਧ ਪੰਜਾਬ ਦੇ ਵਿੱਚ ਉਦੋਂ ਲੀਡਰ ਕੋਈ ਨਹੀਂ ਸੀਗੇ। ਅਗਰਾਹਾਂ ਬਾਅਦ 'ਚ ਆਇਆ, ਅਗਰਾਹਾਂ ਜੀ ਮੈਂ ਰਿਸਪੈਕਟ ਕਰਦਾ ਪ੍ਰਧਾਨ ਸਾਹਿਬ ਜੀ ਉਹਨਾਂ ਦੇ ਵੀ, ਅਗਰਾਹਾਂ ਬਾਅਦ 'ਚ ਆਇਆ, ਸਾਰੇ ਜਾਣੇ ਬਾਅਦ 'ਚ ਆਏ ਨੇਗੇ ਕਿਸਾਨ ਯੂਨੀਅਨ ਦੇ ਵਿੱਚ। ਸਭ ਤੋਂ ਪਹਿਲਾਂ ਲੱਖੋਵਾਲ ਸੀਗਾ ਮੇਰੇ ਦਾਦਾ ਜੀ ਸੀਗੇ, ਇਹ ਸੀਗੇ ਮੇਰੇ ਦਾਦਾ ਜੀ ਨੇ ਕੋਈ ਪ੍ਰਧਾਨਗੀ ਨਹੀਂ ਲੈਤੀ, ਇਹਨਾਂ ਨੇ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਲੈ ਕੇ ਆਉਂਦੀ ਆ। ਮਹਿੰਦਰ ਸਿੰਘ ਡਕੌਂਤ ਸੀਗਾ ਆਲ ਇੰਡੀਆ ਦਾ ਪ੍ਰਧਾਨ ਸੀਗਾ ਮਹਿੰਦਰ ਸਿੰਘ ਡਕੌਂਤ ਕਿਸਾਨ ਯੂਨੀਅਨ ਦਾ। ਅਤੇ
ਉਦੋਂ ਮੇਰੇ ਦਾਦਾ ਜੀ ਨੇ ਕਿਸਾਨ ਯੂਨੀਅਨ ਲੈ ਕੇ ਆਉਂਦੀਆਂ ਪੰਜਾਬ ਦੇ ਵਿੱਚ, ਕਿਸਾਨਾਂ ਦੇ ਲਈ ਲੜਾਈ ਲੜੀ, ਖੁਦ ਸਾਡੇ ਰਿਸ਼ਤੇਦਾਰ ਗਾਲਾਂ ਕੱਢਦੇ ਹੁੰਦੇ ਸੀਗੇ ਜਦੋਂ ਕਿ ਉਹ ਕਿਸਾਨਾਂ ਦੇ ਲਈ ਲੜਾਈ ਲੜਦਾ ਸੀ। ਕੀ ਕਰਨਾ ਜੀ, ਦਾਦਾ ਜੀ ਦਾ ਇੱਕ ਕੰਮ ਹੁੰਦਾ ਸੀਗਾ, ਮੰਡੀਆਂ ਦੇ ਵਿੱਚ ਜਾ ਕੇ ਰੌਲਾ ਪਾਉਣਾ, ਕਿਉਂਕਿ ਮੰਡੀਆਂ ਦੇ ਵਿੱਚ ਜਦੋਂ ਝੋਨੇ ਦੀ ਜਾਂ ਕਣਕ ਦੀ ਭਰਾਈ ਹੁੰਦੀ ਆ, ਮੰਡੀਆਂ ਦੇ ਵਿੱਚ ਤੋਲ ਵੱਧ ਤੋਲਦੇ ਨੇਗੇ। ਉਹ ਕੀ ਕਰਦੇ ਨੇ ਜੀ, ਜਿਵੇਂ ਕਿ ਮੰਨ ਕੇ ਚੱਲ 40 ਕਿਲੋ ਦੀ ਭਰਤੀ ਆ, ਤਾਂ ਉਹਨਾਂ ਨੇ ਕੀ ਕਰਨਾ, ਉਹਨਾਂ ਨੇ 41 ਕਿਲੋ 1-1 ਕਿਲੋ ਵੱਧ ਜੋਖ ਦਿੰਦੇ ਨੇਗੇ। ਮੇਰੇ ਦਾਦਾ ਜੀ ਨੂੰ ਪਤਾ ਸੀ, ਉਹਦੇ ਜਾ ਕੇ ਉਹਨਾਂ ਨੇ ਕੰਡੇ ਰੋਕਣੇ ਵੀ, ਖੜਾਓ ਤੋਲ ਰੋਕੋ ਵੀ ਤੁਸੀਂ ਕਿਸਾਨਾਂ ਦੀ ਵੱਧ ਰੋਕੀ ਜਾਂਦੇ ਹੋ। ਜੇ ਕਿਸੇ ਰਿਸ਼ਤੇਦਾਰ ਦੀ ਢੇਰੀ ਹੁੰਦੀ, ਕਹਿੰਦੇ ਗਾਲਾਂ ਕੱਢਦੇ ਮੇਰੇ ਦਾਦਾ ਜੀ ਨੂੰ, ਕਹਿੰਦੇ ਇਹ ਸਾਡੇ ਆ ਕੇ ਕਾਂਵਲਾ ਹੈ ਤਾਂ ਕਾਂਵਲਾ, ਮੇਰੇ ਦਾਦਾ ਜੀ ਨੂੰ ਕਾਂਵਲਾ ਕਹਿੰਦੇ ਹੁੰਦੇ ਸੀਗੇ। ਤਾਂ ਕਰਕੇ ਮੈਂ ਸਿੱਧਾ ਸਪਸ਼ਟ ਮੈਂ ਇਹ ਗੱਲ ਕਹਿਣਾ ਹੁੰਦਾ, ਕਿਉਂਕਿ ਮੇਰਾ ਮੈਂ ਹੁਣ ਫਿਲਮਾਂ ਦੇ ਵਿੱਚ ਅਤੇ ਹੁਣ ਮੈਂ ਮਿਊਜ਼ਿਕ ਲੈਣ ਦੇ ਵਿੱਚ ਵੀ ਆ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ, ਭਰਾਵਾਂ ਦੇ ਪਿਆਰ ਨਾਲ। ਪਰ ਇੱਕ ਗੱਲ ਕਹਿਣਾ ਵੀ, ਜੇ ਕੋਈ ਗੱਲ ਮੇਰਾ ਕਹਿਣ ਦਾ ਭਾਵ ਸੀ, ਜਦੋਂ ਵੀ ਕਿਤੇ ਕਿਸੇ ਵੀ ਕੋਈ ਬੰਦਾ ਕਿਸੇ ਲੋਕਾਂ ਦੇ ਲਈ ਲੜ ਰਿਹਾ ਨਾ, ਉਹਦਾ ਸਾਥ ਦੇਣਾ ਤੁਹਾਡਾ ਫਰਜ਼ ਬਣਦਾ। ਜੇ ਤਾਂ ਤੁਸੀਂ ਜਨਾਨੀ ਹੋ ਜਾਂ ਤੁਸੀਂ ਸਾਰੇ ਬੰਦੇ ਜਨਾਨੀ ਹੋ, ਫਿਰ ਤਾਂ ਕਹਿਣਾ ਹੀ ਕੀ ਆ, ਕਿਉਂਕਿ ਤੁਸੀਂ ਜਨਾਨੀਆਂ ਵਰਗੇ ਬੰਦੇ ਹੋ। ਸ਼ਹਿਰਾਂ ਵਾਲੇ ਜਿੰਨੀਆਂ ਉੱਥੇ ਗੱਡੀਆਂ ਸੀਗੀਆਂ, ਮੈਂ ਸ਼ਹਿਰਾਂ ਸ਼ਹਿਰੀ ਜੇ ਲੋਕ ਸੀਗੇ, 200-300 ਗੱਡੀ ਕ੍ਰੋਸ ਕਰਾਈ, ਕਿਸੇ ਦੇ ਮਾਂ ਦੇ ਪੁੱਤ ਨੇ ਖੜ ਕੇ ਇਹ ਗੱਲ ਨਹੀਂ ਕਹੀ ਵੀ ਮੁੰਡਾ ਲੜੀ ਜਾਂਦਾ, ਮੁੰਡੇ ਦੇ ਹੱਕ ਦੇ ਵਿੱਚ ਬੋਲੀ ਦਾ ਸਹੀ, ਇਹ ਗੱਲ ਆ। ਬਾਕੀ ਇਹ ਦੱਸਣਾ ਸੀਗਾ, ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਏ ਸੀ, ਕਹਿੰਦੇ ਤੇਰੇ 'ਤੇ ਪਰਚਾ ਤਾਂ ਨਹੀਂ ਦਰਜ ਕਰਿਆ, ਪਰਚਾ ਪੁਰਚਾ ਹਲ ਤਿਕਰ ਬਿਲਕੁਲ ਦਰਜ ਨਹੀਂ ਕਰਿਆ, ਜੇ ਕਿਤੇ ਇਹਨਾਂ ਨੇ ਕੁਛ ਮੇਰੇ ਖਿਲਾਫ਼ ਬੋਲਣਗੇ ਤਾਂ ਮੈਂ ਉੱਥੇ ਜਾਮ ਕਰਕੇ ਮੈਂ ਇਹਨਾਂ ਦੇ ਨਾਸੀ ਧੂੰਆਂ ਲਿਆ ਦੂੰਗਾ, ਬਸ ਤੁਸੀਂ ਮੇਰੇ ਸਾਥ ਦਿੰਦੇ ਰਹੋ। ਜੇ ਮੇਰੇ ਇਹਨਾਂ ਨੇ ਖਿਲਾਫ਼ ਕੋਈ ਟੂਲ ਟੈਕਸ ਵਾਲੇ ਨੇ ਗੱਲ ਬੋਲੀ ਨਾ, ਇਹਨੇ ਨਾਸੀ ਧੂੰਆਂ ਮੈਂ ਲਿਆ ਕੇ ਦਿਖਾਊਂਗਾ। ਇੰਨੀ ਕੁ ਜ਼ਿਆਦਾ ਜ਼ੁਰਤ ਆ ਅਤੇ ਇੰਨੀ ਕੁ ਜ਼ਿਆਦਾ ਹਿੰਮਤ ਆ ਅਤੇ ਮੇਰੇ ਨਾਲ ਪੰਜਾਬ ਦਾ ਯੂਥ, ਮੇਰੇ ਨਾਲ ਪੰਜਾਬ ਦੇ ਲੋਕ ਨੇ। ਯੂਥ ਨੂੰ ਮੈਂ ਕਹਿਣਾ ਚਾਹੁੰਦਾ ਵੀ ਐਵੇਂ ਨਾ ਐਕਟਰਾਂ ਸਿੰਗਰਾਂ ਦੇ ਫੈਨ ਬਣੀ ਜਾਓ, ਇਹਨਾਂ ਦਾ ਕੰਮ ਕੀ ਆ, ਯੂਥ ਦਾ ਐਕਟਰਾਂ ਸਿੰਗਰਾਂ ਦੇ, ਅਸੀਂ ਇਹਦੇ ਫੈਨ ਹਾਂ, ਅਸੀਂ ਇਹਦੇ ਫੈਨ ਹਾਂ। ਫੈਨ ਬਣੋ ਤੁਸੀਂ ਸਰਦਾਰ ਭਗਤ ਸਿੰਘ ਦੇ, ਫੈਨ ਬਣੋ ਬਾਈ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲੇ ਦੇ, ਜਿਹੜਾ ਕਿ ਗੁਰਪ੍ਰੀਤ ਬਾਈ ਮਨੁੱਖਤਾ ਦੀ ਸੇਵਾ ਡੱਟ ਕੇ ਮਨੁੱਖਤਾ ਦੀ ਸੇਵਾ ਕਰਦਾ ਬਾਈ ਗੁਰਪ੍ਰੀਤ। ਮੈਂ ਉਹਨੂੰ ਬਕਾਇਦਾ ਇੰਸਟਾਗ੍ਰਾਮ 'ਤੇ ਫੋਲੋ ਕਰਦਾ, ਬਾਈ ਗੁਰਪ੍ਰੀਤ ਦੇ ਫੈਨ ਬਣੋ, ਫੈਨ ਬਣਨਾ ਤੁਸੀਂ। ਅਨਮੋਲ ਕਵਾਤਰਾ ਵੀ ਮੁੰਡਾ ਬਹੁਤ ਵਧੀਆ ਕੰਮ ਕਰਦਾ, ਉੱਦਾਂ ਦੇ ਮੁੰਡਿਆਂ ਦਾ ਫੈਨ ਬਣੋ। ਸਾਡੇ ਇਹਨਾਂ ਦਾ ਕੀ ਆ, ਪੰਜਾਬ ਦੇ ਯੂਥ ਦਾ ਕੰਮ, ਸਾਡਾ ਅਸੀਂ ਉਹ ਸਿੰਗਰ ਦਾ ਸਾਡਾ ਉਸਤਾਦ ਆ, ਉਹ ਸਿੰਗਰ ਸਾਡਾ ਉਸਤਾਦ ਆ, ਉਸਤਾਦ ਨੂੰ ਦੱਸ ਤੁਹਾਡੇ ਕੀ ਉਹ ਘਰੇ ਜਾ ਕੇ ਸੰਨੀ ਰਲਾਉਂਦਾ ਰਿਹਾ, ਜਾਂ ਤੁਹਾਡੇ ਮੈਸਾਂ ਨੂੰ ਕੱਖ ਪਾਉਂਦਾ ਰਿਹਾ, ਕੀ ਕਰਿਆ, ਕਿਹੜੇ ਸਿੰਗਰ ਦੇ ਪਰਚਾ ਹੋਇਆ ਮੈਨੂੰ ਦਿਖਾਓ, ਕਿਹੜੀ ਗੀਤਾਂ ਗਾਉਣ ਨਾਲ ਜੇ ਕਹਿਣਗੇ ਇੱਕ ਵਿੱਚ ਗੱਲ ਛਿੜ ਦਿਓ ਵੀ ਉਹ ਸਿੰਗਰ ਨੇ ਕਿਸਾਨਾਂ ਦੇ ਲਈ ਗੀਤ ਬਹੁਤ ਗਾਏ ਨੇਗੇ, ਉਹ ਸਿਰਫ ਕਿਸਾਨਾਂ ਦੇ ਲਈ ਪਰਚਾ ਤਾਂ ਨਹੀਂ ਦਰਜ ਕਰਾਇਆ। ਮੈਂ ਕਹਿਣਾ ਵੀ ਕੋਈ ਸਿੰਗਰ ਜੇ ਕਹਿੰਦਾ ਨਾ ਵੀ ਮੈਂ ਕਿਸਾਨੇ ਲੈਵਲ ਦੇ ਗਾਣੇ ਗਾਉਣਾ, ਮੇਰੇ ਨਾਲ ਆਵੇ ਕੋਈ ਫੇਮਸ ਸਿੰਗਰ, ਮੈਂ ਹੱਕ ਦੇ ਥਾਪੀ ਮਾਰ ਕੇ ਕਹਿਣਾ ਵੀ ਮੈਂ ਅਗਲੇ ਸਾਲ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਕਰਾਉਂ, ਆਓ ਮੇਰੇ ਨਾਲ। ਜਿਹੜਾ ਹੁੰਦਾ ਗਾਣੇ ਗਾਉਣ ਨਾਲ ਥੋੜੂ ਆਏ ਨੇ ਕਿ ਗਾਣੇ ਗਾਉਣ ਨਾਲ ਥੋੜੂ ਬਦਲਾਅ ਆਉਂਦਾ ਯਾਰ, ਗਾਣੇ ਗਾਉਣ ਨਾਲ ਕਿਵੇਂ ਬਦਲਾਅ ਆਜੂਗਾ ਜੇ ਕਿਸਾਨਾਂ ਦੇ ਹੱਕ ਦੇ ਤੁਸੀਂ ਗਾਣੇ ਗਾਤੇ। ਜੇ ਭਗਤ ਸਿੰਘ ਕਹਿੰਦਾ ਵੀ ਆਪਣਾ ਵੀ ਗਾਂਧੀ ਚਰਖਾ ਚੱਕੀ ਫਿਰਦਾ ਵੀ ਚਰਖੇ ਨਾਲ ਹੀ ਮੈਂ ਆਜ਼ਾਦੀ ਲੈ ਕੇ, ਹੁਣ ਨਹੀਂ ਚਰਖਿਆਂ ਨਾਲ ਆਜ਼ਾਦੀ ਆ ਸਕਦੀ ਸੀ ਬਾਈ, ਭਗਤ ਸਿੰਘ ਨੇ ਕੁਰਬਾਨੀ ਦਿੱਤੀ ਆ ਤਾਂ ਦੇਸ਼ ਪੰਜਾਬ ਆਜ਼ਾਦ ਹੋਇਆ, ਤਾਂ ਇੰਡੀਆ ਆਜ਼ਾਦ ਹੋਇਆ। ਚਰਖਿਆਂ ਨਾਲ ਆਜ਼ਾਦੀ ਨਹੀਂ ਆਉਣੀ ਸੀਗੀ, ਸ਼ਾਂਤੀ ਛੂਣਤੀ ਨਾਲ ਆਜ਼ਾਦੀ ਨਹੀਂ ਆਉਣੀ। ਜੇ ਤੁਸੀਂ ਇਕੱਲੇ ਮੈਸੇਜ ਹੀ ਵੰਡੀ ਜਾਓਗੇ, ਸੁਨੇਹੀ ਦੇਈ ਜਾਓਗੇ ਬੈਠੇ ਵੀ ਅਸੀਂ ਕਹਿਣਾ, ਅਸੀਂ ਗਾਣੇ ਗਾ ਗਾ ਕੇ ਸਿੰਗਰਾਂ ਨੂੰ ਕਹਿਣਾ ਵੀ ਤੁਸੀਂ ਕਿਸਾਨਾਂ ਦੇ ਪੱਖ ਦੇ ਸੁਨੇਹੀ ਦੇਈ ਜਾਓਗੇ, ਨਹੀਂ ਸਾਡੀ ਕਿਸਾਨੀ ਬਦਲ ਸਕਦੀ, ਨਹੀਂ ਬਦਲ ਸਕਦੀ, ਇਹ ਬਦਲ ਦੀ ਲੋੜ ਆ ਵੀਰੋ ਭਰਾਵੋ। ਅਤੇ ਗੱਲਬਾਤ ਇਹੀ ਕਹਿਣਾ ਆ ਵੀ ਜਿੰਨੇ ਵੀ ਜਾਣੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਅਤੇ ਕਿਤੇ ਵੀ ਕੋਈ ਕਿਸਾਨੀ ਲੈਵਲ ਦੀ ਲੜਾਈ ਹੁੰਦੀ ਹੈ, ਕਿਤੇ ਮੁੱਦਾ ਹੁੰਦਾ, ਤੁਸੀਂ ਮੇਰਾ ਜ਼ਰੂਰ ਸਾਥ ਦਿਓ। ਬਾਕੀ ਇੱਕ ਮੈਂ ਕਿਸਾਨ ਯੂਨੀਅਨ ਤੱਕ ਮੇਰਾ ਮੈਸੇਜ ਜ਼ਰੂਰ ਲਾ ਦਿਓ, ਮੇਰਾ ਇੱਕ ਕਿਸਾਨ ਯੂਨੀਅਨ ਮੇਰੇ ਸਾਡੇ ਘਰ 'ਚੋਂ ਪਰਿਵਾਰ 'ਚੋਂ ਪੈਦਾ ਹੋਈ ਹੋਈ ਆ। ਮੈਂ ਗੱਲ ਕਹਿਣਾ ਚਾਹੁੰਦਾ ਕੋਈ ਵੀ ਅਗਰਾਹਾਂ ਗਰੁੱਪ ਆ, ਲੱਖੋਵਾਲ ਗਰੁੱਪ ਆ, ਸਾਰੇ ਗਰੁੱਪਾਂ ਦੀ ਮੈਂ ਰਿਸਪੈਕਟ ਕਰਦਾ, ਸਤਿਕਾਰ ਕਰਦਾ। ਲੱਖੋਵਾਲ ਗਰੁੱਪ ਦੇ ਵਿੱਚ ਬਕਾਇਦਾ ਕੰਮ ਵੀ ਕਰ ਰਿਹਾ, ਲੱਖੋਵਾਲ ਗਰੁੱਪ ਮੇਰੇ ਨਾਲ ਖੜ੍ਹਾ ਵੀ ਆ ਇਹਦੇ ਖਸ ਖਸ ਵਾਲੇ ਮੁੱਦੇ 'ਤੇ। ਅਗਰਾਹਾਂ ਗਰੁੱਪ ਆ, ਕਿਤੇ ਵੀ ਕਿਸੇ ਵੀ ਗਰੁੱਪ ਦੀ ਲੜਾਈ ਆ, ਮੈਂ ਯੂਥ ਲੈ ਕੇ ਉੱਥੇ ਪਹੁੰਚੂਗਾ, ਮੈਨੂੰ ਬਕਾਇਦਾ ਮੈਨੂੰ ਬੁਲਾਇਆ ਜਾਵੇ, ਕਿਉਂਕਿ ਜਦੋਂ ਮੇਰੀ ਉੱਥੇ ਕਾਦਰੀ ਨਾ ਹੋਈ ਮੈਂ ਉੱਥੇ ਧਰਨੇ 'ਤੇ ਜਾਵਾਂ, ਮੈਨੂੰ ਤਾਂ ਲੋਕ ਪੰਜਾਬ ਦੇ ਯੂਥ, ਮੈਨੂੰ ਤਾਂ ਪ੍ਰਧਾਨਾਂ ਨੂੰ ਵੱਧ ਪਿਆਰ ਕਰਦਾ। ਜੇ ਮੇਰੀ ਉੱਥੇ ਕੋਈ ਕਾਦਰੀ ਨਾ ਹੋਈ, ਜੇ ਮੈਨੂੰ ਉੱਥੇ ਬੁਲਾਈ ਨਾ ਕਿਸੇ ਨਾਲ, ਮੈਂ ਧਰਨੇ 'ਤੇ ਜਾ ਕੇ ਕੀ ਕਰੂੰਗਾ।
ਮੈਨੂੰ ਧਰਨੇ ਦੇ ਉੱਤੇ ਮੈਨੂੰ ਫੁੱਦੂ ਸਮਝਦੇ, ਮੈਨੂੰ ਗਾਲਾਂ ਕੱਢਦੇ ਨੇ ਵੀ ਇੱਕ ਇਹ ਤਾਂ ਇੱਕ ਮੁੰਡਾ, ਇਹ ਤਾਂ ਇੱਕ ਵੀਡੀਓ ਬਣਾਉਂਦਾ, ਇੱਦਾਂ ਦੀਆਂ ਗੱਲਾਂ ਕਰਦੇ ਨੇ। ਕਿਤੇ ਵੀ ਕੋਈ ਵੀ ਅਗਰਾਹਾਂ ਗਰੁੱਪ ਬੁਲਾ ਰਿਹਾ, ਕਿਤੇ ਵੀ ਕੋਈ ਵੀ ਗਰੁੱਪ ਬੁਲਾ ਰਿਹਾ, ਇਹ ਬਕਾਇਦਾ ਸਾਰਿਆਂ ਨੂੰ ਬਾਈ ਜੀ ਜਦੋਂ ਪਹਿਲਾਂ ਧਰਨਾ ਦੇਣਾ ਹੁੰਦਾ ਬਕਾਇਦਾ ਸਾਰਿਆਂ ਨੂੰ ਇਹ ਜਿਹਨਾਂ ਨੂੰ ਵੀ ਬੁਲਾਉਂਦੇ ਨੇ, ਉੱਦਾਂ ਦਾ ਮੈਨੂੰ ਵੀ ਕੋਈ ਸਤਿਕਾਰ ਨਾਲ ਬੁਲਾਉਂਦਾ, ਮੈਂ ਧਰਨੇ 'ਤੇ ਜਾਣ ਨੂੰ ਮੈਂ ਯੂਥ ਮੈਂ ਜਥਾ ਲੈ ਕੇ ਆਪਦਾ ਪਹੁੰਚਿਆ ਕਰੂੰਗਾ। ਕਿਸਾਨੀ ਲੈਵਲ ਦੀ ਕਿਤੇ ਵੀ ਕੋਈ ਲੜਾਈ ਆ, ਪਰ ਇਹ ਨਾ ਹੋਵੇ ਉੱਥੇ, ਤਾਂ ਇਹ ਬਾਈ ਮੈਨੂੰ ਬੇਕਾਰ ਸਮਝ ਲੱਗਾ। ਮੈਂ ਤਾਂ ਕਰਕੇ ਮੈਂ ਲੱਖੋ ਵਾਲੇ ਗਰੁੱਪ ਨਾਲ ਕੰਮ ਕਰ ਰਿਹਾ, ਮੇਰਾ ਕੋਈ ਇੱਕ ਗਰੁੱਪ ਨਹੀਂ ਹੈਗਾ ਵੀ ਮੈਂ ਇੱਕੋ ਹੀ ਗਰੁੱਪ ਨਾਲ ਕੰਮ ਕਰਨਾ। ਮੈਂ ਤਾਂ ਕਹਿਣਾ ਪੰਜਾਬ ਦੇ 17 ਜੋ ਗਰੁੱਪ ਨੇ, ਪੰਜਾਬ ਦੇ ਕਿਸਾਨ ਯੂਨੀਅਨ ਦੇ 17 ਦੇ 17, ਮੇਰਾ ਤਾਂ ਇਹ ਸੁਪਨਾ ਵੀ ਇਕੱਠੇ ਹੋਣ, ਇਕੱਠੇ ਹੋ ਕੇ 2022 ਦੇ ਵਿੱਚ ਕਿਸਾਨ ਯੂਨੀਅਨ ਇਲੈਕਸ਼ਨ ਲੜੇ। ਇਹ ਜ਼ਰੂਰੀ ਨਹੀਂ ਕਰਕੇ ਅਸੀਂ ਸਾਰੀ ਉਮਰੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਰਦੇ ਰਹੀਏ, ਕਾਂਗਰਸ ਜਿੰਦਾਬਾਦ ਕਰਦੇ ਰਹੀਏ। ਕੀ ਕਰਤਾ ਸਾਡੇ ਲਈ ਕਾਂਗਰਸ ਨੇ, ਕੀ ਕਰਤਾ ਅਕਾਲੀਆਂ ਨੇ? ਜੱਟ ਦਾ ਪੁੱਤ, ਇੱਕ ਜੱਟ ਦੇ ਪੁੱਤ ਨੂੰ ਪੰਜਾਬ ਦਾ ਖੇਤੀਬਾੜੀ ਮੰਤਰੀ ਲਾ ਦਿਓ ਜੇ ਨਾ ਆਉਣ ਸਾਰ ਪੰਜਾਬ ਸੁਧਾਰ ਦੇ। ਕੈਪਟਨ ਨੂੰ ਵਿਚਾਰੇ ਨੂੰ ਕੀ ਪਤਾ, ਕੈਪਟਨ ਦਾ ਵਿਚਾਰੇ ਨੇ ਫਣ ਛਣ ਕਰਨਾ, ਤਾਂ ਮਹਾਰਾਜਾ ਯਾਰ, ਉਹਨੂੰ ਪਤਾ ਨਹੀਂ ਗਾ ਪੰਜਾਬ ਕਿਵੇਂ ਚੱਲੂਗਾ। ਜਾਂ ਬਾਦਲਾਂ ਨੂੰ ਕੀ ਪਤਾ, ਹੁਣ ਸੁਖਬੀਰ ਬਾਦਲ ਨੇ ਆ ਕੇ ਖੇਤੀ ਕਰੀ, ਉਹਨੂੰ ਖੇਤੀ ਬਾਰੇ ਕੀ ਪਤਾਗਾ, ਪਤਾ ਹੋਊਗਾ ਵੀ ਪੰਜਾਬ ਦੇ ਵਿੱਚ ਖੇਤੀ ਦੇ ਕੀ ਲੋੜਾਂ ਨੇ। ਭਗਵੰਤ ਮਾਨ, ਮੈਂ ਉਹਦੀ ਤਾਰੀਫ ਕਰਦਾ ਭਗਵੰਤ ਮਾਨ ਦੀ, ਕਿ ਬਹੁਤ ਵਧੀਆ ਨੇਤਾ ਹੈ ਅਤੇ ਲੜਾਈ 'ਚ ਸੱਚ ਬੋਲਣਾ, ਜੇ ਤਾਂ ਉਹੀ ਤੁਸੀਂ ਟੱਲੀਆਂ ਵਜਾਉਣੀਆਂ ਨੇ ਗੀਆਂ ਅਕਾਲੀ ਦਲ, ਸੋਮਰੀ ਅਕਾਲੀ ਦਲ ਜਾਂ ਕਾਂਗਰਸ ਦੇ, ਜਿਵੇਂ ਮਰਜ਼ੀ ਬੁਲਾਈ ਜਾਓ, ਭਗਵੰਤ ਮਾਨ 100% ਜੇਕਰ ਸੱਚ ਬੋਲਦੇ ਤਾਂ ਭਗਵੰਤ ਮਾਨ ਬੰਦਾ ਬਹੁਤ ਵਧੀਆ ਨੇਤਾ ਹੋਇਆ ਪੰਜਾਬ ਦੇ ਵਿੱਚ, ਆਪਣੀ ਲੋਕ ਸਭਾ ਦੇ ਵਿੱਚ ਆਵਾਜ਼ ਜਾਂ ਗੂੰਜਾਂ ਪਾਉਂਦਾ ਭਗਵੰਤ ਮਾਨ, ਜਿਵੇਂ ਮਰਜ਼ੀ ਕਹਿ ਦਿਓ, ਭਗਵੰਤ ਮਾਨ ਗੂੰਜਾਂ ਪਾਉਂਦਾ। ਮੈਂ ਭਗਵੰਤ ਮਾਨ ਤੱਕ ਮੇਰੀ ਆਵਾਜ਼ ਜ਼ਰੂਰ ਪਹੁੰਚਾਦਾ, ਮੈਂ ਉਹਨੂੰ ਮਿਲ ਰਿਹਾ ਦੁਬਾਰੇ ਫਿਰ, ਕਿ ਪੰਜਾਬ ਦੇ ਵਿੱਚ ਬਾਈ ਲੋਕ ਸਭਾ ਦੇ ਵਿੱਚ ਸਾਡੀ ਖਸ ਖਸ ਦੀ ਖੇਤੀ ਦੀ ਆਵਾਜ਼ ਜ਼ਰੂਰ ਉਠਾ। ਜੇ ਪੰਜਾਬ ਦੇ 13 ਦੇ 13 MP ਲੋਕ ਸਭਾ ਦੇ ਵਿੱਚ ਇੱਕ ਵਾਰੀ ਬੋਲ ਦੇਣ ਕਿ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ, ਤਾਂ ਦੂਜੇ ਦਿਨ ਹੀ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਖਸ ਖਸ ਬੀਜ ਸਕਦੇ ਨੇ, ਕਿਉਂਕਿ ਉਹਦੀ ਕਾਨੂੰਨ ਬਣ ਜੂਗਾ, ਉਹਦੀ ਸਾਰਾ ਕੁਝ ਬਣ ਜੂਗਾ। ਇਹ MP ਨਹੀਂ ਬੋਲ ਰਹੇ, ਇਹ ਤਾਂ ਇੱਕ ਸਿਰਫ ਅਸੀਂ ਉਹਨਾਂ ਚੀਜ਼ਾਂ 'ਚ ਉਲਝੇ ਪਏ ਹਾਂ। ਸੱਚ ਬੋਲਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ। ਭਗਵੰਤ ਮਾਨ ਸ਼ਰਾਬ ਪੀਂਦਾ, ਮੀਟ ਖਾਂਦਾ, ਸਾਨੂੰ ਉਹ ਚੀਜ਼ ਨਾਲ ਕੋਈ ਲੈਣ ਦੇਣ ਨਹੀਂ, ਸਾਨੂੰ ਲੈਣ ਦੇਣਾ ਕਿ ਸਾਡੇ ਹੱਕਾਂ ਦੇ ਲਈ ਬੋਲਦਾ ਭਗਵੰਤ ਮਾਨ, ਅਸੀਂ ਉਹਨੂੰ ਚੰਗਾ ਸਮਝਦਾ ਮੈਂ। ਬਾਕੀ ਮੇਰਾ ਕਿਸੇ ਆਮ ਆਦਮੀ ਪਾਰਟੀ ਨਾਲ ਜਾਂ ਅਕਾਲੀਆਂ ਨਾਲ, ਕਾਂਗਰਸ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਮੇਰਾ ਸਿਰਫ ਇੱਕ ਪਾਰਟੀ ਨਾਲ ਲੈਣ ਦੇਣਾ, ਕਿਸਾਨ ਯੂਨੀਅਨ। ਪੰਜਾਬ ਦੇ 17 ਦੇ 17 ਜਥੇਬੰਦੀਆਂ ਕਿਤੇ ਵੀ ਕੋਈ ਵੱਡਾ ਇਕੱਠ ਕਰਦੇ ਨੇ, ਕਿਤੇ ਵੀ ਕਿਸਾਨਾਂ ਦੀ ਲੜਾਈ ਆ, ਉੱਥੇ ਜੱਟ ਹਿੱਕ ਤਾਣ ਕੇ ਪਹੁੰਚੂਗਾ, ਆਪਦੇ ਨਾਲ ਆਪਦੇ ਭਰਾਵਾਂ ਨੂੰ ਲੈ ਕੇ ਪਹੁੰਚੂਗਾ। ਕਿਉਂਕਿ ਮੇਰਾ ਜਿਹੜਾ ਮਕਸਦ ਆ, ਮੇਨ ਮੇਰਾ ਐਕਟਿੰਗ ਲੈਣ ਦਾ ਮਕਸਦ ਆ, ਮੈਂ ਕੋਈ ਪ੍ਰਧਾਨ ਨਹੀਂ ਬਣਨਾ, ਕੋਈ ਮੈਂ ਚੇਅਰਮੈਨ ਨਹੀਂ ਬਣਨਾ, ਕੋਈ ਮੈਂ MLA ਨਹੀਂ ਬਣਨਾ ਹਜੇ। ਮੇਰਾ ਸਿਰਫ ਇੱਕੋ ਹੀ ਕੰਮ ਹੈ ਕਿ ਮੈਂ ਐਕਟਿੰਗ ਲੈਣ, ਮੇਰੇ ਫਿਲਮਾਂ ਦੇ ਆਫਰ ਆ ਰਹੇ ਨੇ, ਮੈਂ ਫਿਲਮਾਂ ਦੇ ਵਿੱਚ ਕੰਮ ਕਰੂੰਗਾ, ਅਤੇ ਜਿੱਦਾਂ ਵੀ ਮੇਰੇ ਕੋਲ ਕੰਮ ਆ ਰਿਹਾ ਮੈਂ ਗਾਉਣ, ਮੈਂ ਗਾਣ ਵੀ ਲੱਗੂ, ਮੇਰੀ ਬਕਾਇਦਾ ਆਪਣੀ ਕੰਪਨੀ ਚਾਚਾ ਵਾਹੋ ਰੈਕਰਡਸ, ਮੈਂ ਆਪਣੀ ਕੰਪਨੀ ਦੇ ਧਿਆਨ ਦੇ ਰਿਹਾ, ਬਕਾਇਦਾ ਮੈਂ ਆਪਣੀ ਕੰਪਨੀ ਖੜੀ ਕਰੀ ਆ। ਮੈਂ ਕਿਸੇ ਤੋਂ ਕੋਈ ਮੰਗ ਕੇ ਨਹੀਂ ਖਾਂਦਾ, ਕਿਸੇ ਤੋਂ ਕੋਈ ਇਹ ਨਹੀਂ ਕਰਦਾ, ਫਿਰ ਤਾਂ ਮੈਨੂੰ ਕਹਿ ਦੇ ਕੋਈ ਬੇਵੇਸ਼ ਤਾਂ ਬਾਈ ਤੇਰੇ ਅਸੀਂ ਘਰੇ ਆ ਕੇ, ਤੇਰੇ ਤਾਂ ਅਸੀਂ ਘਰੇ ਆ ਕੇ ਉਹ ਕਰਦੇ ਰਹੇ, ਜੋ ਮਰਜ਼ੀ ਐਵੇਂ ਕਹੀ ਜਾਵੇ। ਬਾਕੀ ਹੁਣ ਮੈਂ ਸਾਰਿਆਂ ਦੇ ਪੜੂੰਗਾ ਕਮੈਂਟ ਪੜ੍ਹ ਕੇ, ਉਦੋਂ ਬਾਅਦ 'ਚ ਮੈਂ ਲਾਈਵ ਕੱਟਣ ਲੱਗਦਾ। ਇੱਕੋ ਇੱਕ ਜਣ ਦਾ ਮੈਂ ਸੁਝਾਅ ਪੜ੍ਹ ਕੇ ਜਲਦੀ ਜਲਦੀ ਮੈਂ ਜਵਾਬ ਦੇ ਕੇ ਮੈਨੂੰ ਤੁਸੀਂ ਕਰ ਸਕਦੇ ਹੋ। ਹਾਂਜੀ, ਪਹਿਲਾ ਕਮੈਂਟ ਪੜ੍ਹਨ ਲਈ ਜਾ ਰਿਹਾ ਜਤਿੰਦਰ ਸਿੰਘ। ਬਾਈ ਕਿੰਨੇ ਪੈਸੇ ਲਏ ਨੇ ਆਮ ਆਦਮੀ ਪਾਰਟੀ ਤੋਂ ਪ੍ਰਮੋਟ ਕਰਨ ਦੇ? ਆਹ ਬਾਈ ਜਤਿੰਦਰ ਸਿੰਘ ਨੇ, ਅੱਛਾ ਬਾਈ ਕਿੰਨੇ ਪੈਸੇ ਲਏ ਨੇ ਕਹਿੰਦਾ ਆਮ ਆਦਮੀ ਪ੍ਰਮੋਟ? ਇਹ ਬਾਈ ਤੁਹਾਡੇ ਵਰਗੇ ਲੋਕਾਂ ਦਾ ਕੰਮ ਹੋਊ? ਮੈਨੂੰ ਵਾਹਿਗੁਰੂ ਅਕਾਲ ਪੁਰਖ ਦੀ, ਮੈਨੂੰ ਮੇਰੀ ਮਾਂ ਦੀ ਸਹੁੰ, ਆਮ ਆਦਮੀ ਤੁਸੀਂ ਲੋਕ ਸੱਚ ਨਹੀਂ ਬੋਲ ਸਕਦੇ। ਆਮ ਆਦਮੀ ਵਿੱਚ ਨਾਮ ਹੈ ਜਾਮਾ ਜੀ, ਫਿਰ ਤਾਂ ਤੂੰ ਕਹਿੰਦੀ ਹੈ ਨਾ। ਕਹਿੰਦਾ ਵਾਹ, ਕਹਿੰਦਾ ਆਮ ਆਦਮੀ ਤੁਸੀਂ ਲੋਕ ਲੱਗਦੇ ਹੋ ਅਕਾਲੀ ਕਾਂਗਰਸ ਨੂੰ, ਤੁਸੀਂ ਭਗਵੰਤ ਮਾਨ ਦੀ, ਮੈਂ ਸੱਚ ਬੋਲਣਾ, ਮੈਂ ਭਗਵੰਤ ਮਾਨ, ਮੇਰਾ ਕੋਈ ਮਾਸੀ ਦਾ ਮੁੰਡਾ ਨਹੀਂ ਹੈਗਾ। ਇਹ ਕਹਿੰਦਾ ਬਾਈ ਤੂੰ ਕਿੰਨੇ ਪੈਸੇ ਲੈਣੇ ਆਮ ਆਦਮੀ ਪ੍ਰਮੋਟ ਕਰਨ ਦੇ? ਜੱਟ ਦਾ ਪੁੱਤ ਮੇਰੇ ਦਾਦੇ ਤੋਂ ਜਾ ਕੇ ਫਰੋਦ ਲਈ, ਮੈਨੂੰ ਵਾਹਿਗੁਰੂ ਦੀ ਸਹੁੰ, ਤੂੰ ਇਲਜ਼ਾਮ ਲਾਉਣਾ ਫੁੱਦੂ ਬੰਦੇ ਆ, ਜਦੋਂ ਮਰਜ਼ੀ ਆ ਕੇ ਬੋਲਣੀ, ਕਹਿੰਦਾ ਆਮ ਆਦਮੀ ਪ੍ਰਮੋਟ ਕਰਨ ਨੂੰ ਪੈਸੇ ਲੈਣੇ, ਆਮ ਆਦਮੀ ਪਾਰਟੀ ਨੂੰ ਮੇਰੇ ਕਿਹੜਾ ਉਹ ਹੈ, ਮੈਨੂੰ ਅਕਾਲ ਪੁਰਖ ਦੀ ਸਹੁੰ? ਇਹ ਤੁਹਾਡੇ ਵਰਗੇ ਲੋਕਾਂ ਦੀ ਸੋਚ ਹੋਊਗੀ ਕਿ ਆਮ ਆਦਮੀ ਪ੍ਰਮੋਟ ਕਰਨ ਦੀ ਜਿਹੜੀ ਗੱਲ ਕਰ ਰਿਹਾ ਤੂੰ,
ਆਮ ਆਦਮੀ ਜੇ ਫਿਰ ਤੂੰ ਕਹੀਂ ਵੀ ਭਾਣਾ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਖੜਾ, ਭਗਵੰਤ ਮਾਨ ਨੇ ਆਵਾਜ਼ ਠਾਈ ਨਹੀਂ, ਮੈਂ ਸੱਚ ਬੋਲਦਾ, ਮੈਂ ਸੁਖਵੀਰ ਜਾਂ ਉਹਨਾਂ ਤੋਂ ਅਕਾਲੀਆਂ ਨੂੰ ਮੈਂ ਦੱਸ ਮੈਂ ਟਿੰਡੀਆਂ ਲੈਣੀਆਂ ਨੇ, ਠਾਈ ਉਹਨੇ ਆਵਾਜ਼, ਮੈਂ ਕਹੂੰਗਾ ਮੈਂ ਸੱਚ ਬੋਲੂੰਗਾ ਵੀ ਉਹਨੇ ਸੱਚ ਬੰਦੇ ਨੇ ਬੋਲਿਆ ਲੋਕ ਸਭਾ ਦੇ ਵਿੱਚ ਜਾ ਕੇ ਸਲੰਘ ਪੜਵਾਉਂਦਾ ਉਹ ਬੰਦਾ ਪੜਵਾਉਂਦਾ, ਠੀਕ ਹੈ ਜਿਵੇਂ ਮਰਜ਼ੀ ਬੋਲਦਾ ਭਗਵੰਤ ਮਾਨ। ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਮੈਂ ਭਗਵੰਤ ਮਾਨ, ਮੈਂ ਕੋਈ ਭਗਵੰਤ ਮਾਨ ਨਾਲ ਜਾ ਕੇ ਮੈਂ ਰਲ ਨਹੀਂ ਲੱਗਿਆ, ਫਿਰ ਤਾਂ ਤੁਸੀਂ ਕਹਿ ਦਿਓ ਵੀ ਰਲ ਗਿਆ। ਐਕਟਿੰਗ ਲੈਣ ਦੇ ਵਿੱਚ ਤਾਂ ਇੰਨਾ ਪੈਸਾ ਬੰਦਾ ਇੰਨਾ ਪੈਸਾ ਕਮਾ ਸਕਦਾ ਜਿਵੇਂ ਕਿ ਭਗਵੰਤ ਮਾਨ ਦਾ ਰੁਤਬਾ ਸੀ। ਪੋਲੀਟੀਸ਼ੀਅਨ ਨੂੰ ਜ਼ਿਆਦਾ ਅੱਜ ਜਿਹੜੇ ਐਕਟਰ ਸਿੰਗਰ ਚੱਲ ਰਹੇ ਉਹਨਾਂ ਕੋਲ ਪੈਸਾ ਇੰਨਾ ਕੁ ਜ਼ਿਆਦਾ। ਗਿੱਪੀ ਗਰੇਵਾਲ ਲਾ ਲਓ, ਗਿੱਪੀ ਗਰੇਵਾਲ ਦੇ ਇਸ ਟਾਈਮ 7 ਮੈਨੇਜਰ ਨੇਗੇ ਜਿਨ੍ਹਾਂ ਦੀ 80,000 ਰੁਪਇਆ ਤਨਖਾਹ ਹੈ, ਐਡਾ ਐਕਟਿੰਗ ਲੈਣ ਦੇ ਵਿੱਚ ਪੈਸਾ ਇੰਨਾ। ਜੇ ਤੁਸੀਂ ਆਮ ਐਂ ਗੱਲ ਕਰਦੇ ਹੋ ਵੀ ਭਗਵੰਤ ਮਾਨ 'ਤੇ ਇਲਜ਼ਾਮ ਲਾਉਣੇ ਹੋ, ਉਹ ਬੰਦਾ ਸੱਚ ਬੋਲਦਾ, ਐਕਟਿੰਗ ਲੈਣ 'ਚ ਉਹ ਦੁੱਗਣਾ ਤਿੱਗਣਾ ਪੈਸਾ ਕਮਾ ਸਕਦਾ ਸੀ ਉਹ ਬੰਦਾ। ਇਹ ਗੱਲ ਯਾਦ ਰੱਖਿਓ। ਇਹ ਗੱਲ ਜਿਹੜੀ ਤੂੰ ਗੱਲ ਕਹੀ ਹੈ ਨਾ, ਬਾਈ ਕਹਿੰਦੇ ਨੇ, ਬਾਈ ਨੇ ਕਮੈਂਟ ਕਰਤਾ, ਜਵਾਬ ਦੇਣਾ ਜ਼ਰੂਰੀ ਸੀਗਾ, ਮੈਂ ਹੋਰ ਦੇ ਵੀ ਕਮੈਂਟ ਪੜ੍ਹਦਾ। ਇਹ ਗੱਲਬਾਤ ਹੈ ਅਤੇ ਗੱਲ ਹੁੰਦੀ ਆ ਸੱਚ ਬੋਲਣ ਦੀ। ਅਤੇ ਦੁੱਗਣਾ ਤਿੱਗਣਾ ਪੈਸਾ ਕਮਾ ਸਕਦਾ ਸੀਗਾ। ਇੰਨੇ ਇੰਨੇ ਜਿਹੜੇ ਐਕਟਰ ਡਾਇਰੈਕਟਰ ਪ੍ਰੋਡਿਊਸਰ ਸਾਰੇ ਆਪ ਬਣ ਗਏ ਹੁਣ ਐਕਟਿੰਗ। ਹੁਣ ਬਾਈ ਚਲੋ ਕਰਮਜੀਤ ਅਨਮੋਲ ਦੀ ਵੀ ਆਪਦੀ ਪ੍ਰੋਡਕਸ਼ਨ ਆ, ਉਹ ਵੀ ਇੱਕ ਕਮੇਡੀ ਕਲਾਕਾਰ ਸੀ, ਆਪਦੀ ਪ੍ਰੋਡਕਸ਼ਨ ਹੈ ਕਰਮਜੀਤ ਅਨਮੋਲ ਦੀ, ਆਹ ਫਿਲਮਾਂ ਰਿਲੀਜ਼ ਕਰ ਲਿਆ। ਤੁਹਾਨੂੰ ਤਾਂ ਇੰਡਸਟਰੀ ਬਾਰੇ ਪਤਾ ਹੀ ਨਹੀਂ, ਤੁਹਾਨੂੰ ਕੀ ਪਤਾ ਵੀ ਕੀ ਹੋ ਰਿਹਾ, ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਗੱਡੀ ਚਲਾ ਯਾਰ ਤੂੰ, ਹੈਲੋ ਗੱਡੀ ਚਲਾ, ਹਾਂ ਚਲਾ ਗੱਡੀ। ਇੱਕ ਮਿੰਟ ਵੀਰੋ, ਮੈਂ ਨਾ ਮਾੜਾ ਜਿਹਾ ਬਸ ਚੱਲਣ ਲੱਗਦਾ, ਕੰਮ ਨੂੰ ਨਿਕਲਣ ਲੱਗਦੇ ਸੀ। ਇੱਕ ਮਿੰਟ ਮੈਂ ਲਾਈ ਮਾੜਾ ਹੋਲਡਰ ਲਾ ਯਾਰ ਗੱਡੀ। ਚੱਲ ਮਾਰਾ ਹੈਲਪ ਮਾਰੀ ਯਾਰ, ਗਰਮੀ ਲੱਗੀ ਹੁੰਦੀ ਆ ਅਤੇ ਇਹ ਕਾਰਨ ਹੁੰਦਾ। ਇਹ ਗੱਲ ਆ। ਇਹ ਬਾਈ ਨੇ ਇੱਕ ਕਮੈਂਟ ਕਰਿਆ ਵੀਰੋ, ਉਹਦਾ ਜਵਾਬ ਦੇਣਾ ਜ਼ਰੂਰੀ ਸੀਗਾ। ਕਹਿੰਦਾ ਆਮ ਆਦਮੀ ਪ੍ਰਮੋਟ ਕਰਨ ਨੂੰ ਕਿੰਨੇ ਪੈਸੇ ਲੈਤੇ ਆ, ਉਹ ਮੇਰਾ ਦਾਦਾ ਨਹੀਂ ਵਿਕਿਆ, ਜਿਹੜੇ ਤੁਸੀਂ ਬੰਦੇ ਹੋ ਫੁੱਦੂ ਵਰਗ, ਮੇਰਾ ਦਾਦਾ ਜਾ ਕੇ ਪਹਿਲਾਂ ਦੇਖ ਲਓ ਵੀ ਇਹ ਪੋਤਾ ਕਿਹਦਾ, ਮੇਰਾ ਦਾਦਾ ਨਹੀਂ ਵਿਕਿਆ ਇਹ ਕੰਮ 'ਚ ਕਦੇ। ਗੱਲਾਂ ਇਹ ਸੀਗੀਆਂ ਜਦੋਂ ਟਰਾਈਡੈਂਟ, ਸੁਣ ਲਾ ਕੰਨ ਖੋਲ੍ਹ ਕੇ ਵੀਰੇ, ਤੈਨੂੰ ਸੁਣਾ ਰਿਹਾ, ਜਦੋਂ ਟਰਾਈਡੈਂਟ ਸਾਡੇ ਇੱਕ ਟਰਾਈਡੈਂਟ ਬਣੇ ਹੋਏ ਆ ਹੰਡਾਇਆ ਤੇ ਧਨੌਲੇ ਕੋਲੇ। ਇੱਕ ਮਿੰਟ ਮੇਰੀ ਗੱਲ ਸੁਣੇ, ਹਾਂ ਉਹ ਚੱਕਣਾ ਤਾਂ ਨਹੀਂ ਬਣਾ ਦੱਸਦੇ? ਉਹ ਨਹੀਂ ਚੱਕਣਾ, ਕੀ ਚੱਕਣਾ? ਮੇਰਾ ਤਾਂ ਕੁਛ ਹੈ ਨਹੀਂ ਗਾ, ਬਸ ਚੱਕਣ ਵਾਲਾ ਕੁਛ ਹੈ ਨਹੀਂ ਗਾ, ਕੱਪੜੇ ਕੁੱਪੜੇ ਗੱਡੀ ਜੀ ਪੈਣੇ ਕੁੜਤੇ ਪਿਆ ਮੇਰੇ ਲੋੜ ਪਈ। ਚੱਲ ਕੁਛ ਨਹੀਂ ਚੱਕਣ ਵਾਲਾ, ਚੱਲ ਮਾੜਾ ਓਕੇ ਮਾਰ ਚੱਲ। ਅਤੇ ਜਦੋਂ ਜਿਹੜੀ ਟਰਾਈਡੈਂਟ ਸੀਗੀ ਨਾ, ਜਿਹੜੀ ਟਰਾਈਡੈਂਟ, ਬਾਈ ਗੱਲ ਸੁਣ ਲਾ ਇੱਕ ਧਿਆਨ ਨਾਲ, ਹੁਣ ਵੀਰ ਬਣ ਕੇ ਸੁਣ ਕੇ ਜਾਈ। ਟਰਾਈਡੈਂਟ ਜਿਹੜੀ ਫੈਕਟਰੀ ਖੁੱਲ੍ਹੀ ਸੀ ਨਾ, ਉਦੋਂ 1100 ਪਤਾ ਨਹੀਂ 1200 ਏਕੜ ਉਹਨੇ ਜ਼ਮੀਨ ਅਕਵਾਇਰ ਕਰੀ, 2003 ਦੀ ਗੱਲ ਆ, ਸੁਣ ਲਾ ਬਾਈ ਬਣ ਕੇ। ਹੁਣ ਉਦੋਂ ਕਿਸਾਨਾਂ ਨੂੰ ਜਿਹੜਾ ਉਹਦਾ ਖੇਤ, ਉਹਨਾਂ ਦਾ ਮੁੱਲ ਮਿਲ ਰਿਹਾ ਸੀਗਾ, ਉਦੋਂ ਮੇਰੇ ਦਾਦਾ ਜੀ ਕਿਸਾਨ ਯੂਨੀਅਨ ਦੇ ਮੋਹਤਬਰ ਸੀਗਾ, ਜਦੋਂ ਪਹਿਲਾਂ ਫੈਕਟਰੀ ਦੇ ਰਹੀ ਸੀ 4-5 ਲੱਖ ਰੁਪਇਆ ਕਿਸਾਨਾਂ ਨੂੰ ਰੇਟ ਦੇ ਰਹੀ ਸੀਗੀ 2003 ਦੇ ਵਿੱਚ। ਕਹਿੰਦੇ ਟਰਾਈਡੈਂਟ ਵਾਲੇ ਕਹਿੰਦੇ ਸੀ ਇਦੋਂ ਵੱਧ ਰੇਟ ਦੇਣਾ ਨਹੀਂ ਗਾ। ਦਾਦਾ ਜੀ ਨੇ ਇੰਨੀ ਕੁ ਜ਼ਿਆਦਾ ਟਰਾਈਡੈਂਟ ਉੱਥੇ ਲੜਾਈ ਲੜੀ, ਜ਼ਮੀਨ ਅਕਵਾਇਰ ਹੋ ਗਈ, ਤਾਂ 14 ਲੱਖ ਰੁਪਇਆ ਇੱਕ ਕਿੱਲੇ ਦਾ ਰੇਟ, ਦਾਦਾ ਜੀ ਦੀ ਲੜਾਈ ਦੇ ਨਾਲ ਕਿਸਾਨਾਂ ਨੂੰ 14 ਲੱਖ ਰੁਪਇਆ ਇੱਕ ਕਿੱਲੇ ਦਾ ਰੇਟ ਮਿਲਿਆ, ਜੋ ਕਿ ਉਦੋਂ 14 ਲੱਖ ਰੁਪਇਆ ਰੇਟ ਇੱਕ ਏਕੜ ਦਾ ਬਹੁਤ ਵੱਡਾ ਮੈਟਰ ਰੱਖਦਾ ਸੀਗਾ, ਬਹੁਤ ਵੱਡਾ ਮੈਟਰ ਰੱਖਦਾ ਸੀ। 14 ਲੱਖ ਰੁਪਇਆ ਇੱਕ ਏਕੜ ਦਾ ਰੇਟ ਮਿਲਿਆ ਦਾਦਾ ਜੀ ਦੀ ਲੜਾਈ ਲੜਨ 'ਤੇ। ਉਹ 14 ਲੱਖ ਰੁਪਈਏ ਨਾਲ ਉਹ ਇੱਕ ਕਿੱਲੇ ਦੇ ਲੋਕ ਕਿਸਾਨਾਂ ਨੇ ਚਲੋ 3-3 ਕਿੱਲੇ ਜ਼ਮੀਨ ਦੇ ਖਰੀਦੇ ਨੇ, 3-3 ਕਿੱਲੇ, ਇੱਕ ਕਿੱਲੇ ਤੋਂ 3-3 ਕਿੱਲੇ ਬਣਾਏ ਨੇਗੇ। ਸਾਡੇ ਪਿੰਡਾਂ ਵੱਲ ਉੱਧਰ ਆ ਕੇ ਸਾਡੇ ਭਰਾਵਾਂ ਨੇ ਜ਼ਮੀਨ ਲੈਤੀ ਆ, ਤੂੰ ਗੱਲ ਕਰਦਾ ਵਿਕਣ ਦੀ, ਇਹ ਤੇਰੇ ਵਰਗੇ ਫੁੱਦੂਆਂ ਦੀ ਗੱਲਬਾਤ ਹੋਊਗੀ, ਠੀਕ ਆ, ਤੇਰੇ ਵਰਗੇ ਫੁੱਦੂਆਂ ਦੇ ਇਹ ਗੱਲਬਾਤ ਹੋਊਗੀ। ਕਹਿੰਦਾ ਇਹਨੇ ਬਾਈ ਨੇ ਕਮੈਂਟ ਕਰਿਆ, ਕਹਿੰਦਾ ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰਨ ਦੇ ਕਿੰਨੇ ਪੈਸੇ ਲੈਤੇ ਨੇ। ਮੈਂ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਨਹੀਂ, ਨਾ ਆਮ ਆਦਮੀ ਪਾਰਟੀ ਵਾਲੇ ਸਾਡੇ ਮਾਸੀ ਦੇ ਮੁੰਡੇ ਲੱਗਦੇ ਨੇ। ਮੈਂ ਇੱਕ ਭਗਵੰਤ ਮਾਨ ਦੀ ਗੱਲ ਕਰੀ ਆ, ਵੀ ਉਹ ਬੰਦਾ ਤੁਹਾਡੇ ਲੋਕਾਂ ਲਈ ਲੜਦਾ, ਤੁਸੀਂ ਉਹਦਾ ਸਾਥ ਦਿਓ, ਸਿੱਧੀ ਜੀ ਗੱਲ ਆ।
ਭਗਵੰਤ ਮਾਨ ਦਾ ਸਾਥ ਦੇਣ ਦੇ ਹੱਕ ਬਣਦਾ। ਝੂਠ ਜਿੰਨਾ ਮਰਜ਼ੀ ਬੋਲਣਾ, ਤੁਸੀਂ ਜਿੰਨਾ ਮਰਜ਼ੀ ਕਰੀ ਚੱਲੋ, ਸੁਖਬੀਰ ਬਾਦਲ ਜਿੰਦਾਬਾਦ, ਸਰਦਾਰ ਮਹਾਰਾਜਾ ਕੈਪਟਨ ਮਹਾਰਾਜਾ ਊਈ ਲਾਂਦ ਨੇ। ਮਹਾਰਾਜਾ ਪਤਾ ਕੌਣ ਹੋਇਆ ਤੁਹਾਨੂੰ? ਪਤਾ ਮਹਾਰਾਜਾ ਕੌਣ ਹੋਇਆ? ਮਹਾਰਾਜਾ ਹੋਇਆ ਮਹਾਰਾਜਾ ਰਣਜੀਤ ਸਿੰਘ, ਜਿਹਨੇ ਕਿ ਲੋਕਾਂ ਦੇ ਲਈ ਮੰਨ ਕੇ ਚੱਲ ਦਿਲ ਖੁੱਲ੍ਹ ਕੇ, ਉਹਦੇ ਵਰਗਾ ਰਾਜ ਕਿਤੇ ਦੁਨੀਆਂ ਦੇ ਵਿੱਚ ਨਹੀਂ ਆ ਸਕਦਾ। ਉਹਦੇ ਰਾਜ ਦੇ ਵਿੱਚ ਨਾ, BA ਦੀ ਹਿਸਟਰੀ ਪੜ੍ਹ ਕੇ ਦੇਖ ਲਈ, ਉਹਦੇ ਰਾਜ ਦੇ ਵਿੱਚ ਇੱਕੋ ਇੱਕ ਮੰਨ ਕੇ ਚੱਲ, ਇੱਕੋ ਇੱਕ ਜਿਹੜਾ ਬੰਦਾ ਸੀ ਨਾ ਉਹਦੇ ਰਾਜ ਦੇ ਵਿੱਚ, ਇੱਕੋ ਇੱਕ ਬੰਦਾ ਉਹਦੇ ਰਾਜ ਦੇ ਵਿੱਚ ਸੁਖੀ ਸੀਗਾ। ਬਾਈ ਦਾ ਕਮੈਂਟ ਆਇਆ ਕਹਿੰਦਾ ਲੱਖੋਵਾਲ ਚੇਅਰਮੈਨ ਬਣ ਗਿਆ। ਬਾਈ ਤੇਰੀ ਵੀ ਗੱਲ ਦਾ ਜਵਾਬ ਦੇਣ ਲੱਗਦਾ, ਸੁਣ ਕੇ ਰੱਖ ਦੇ। ਚਾਹ ਮੈਂ ਪੀਊਂਗਾ ਲੈਬ ਕੱਟਣ ਨੂੰ ਜਾਣਾ ਨਾ ਛੇਤੀ। ਹਾਂ ਛੇਤੀ ਜਾਣਾ ਨਾ। ਹਾਂ ਕੀ ਜਾਣਾ ਹੀ ਆ ਹੁਣ ਉੱਥੇ ਸ਼ੂਟ ਹੀ ਪੂਰਾ ਕਰਾਉਣਾ। ਹੋਰ ਦੱਸ ਹੁਣ ਮਾੜਾ ਫੋਨ ਲਾਈ ਉਸਤਾਦ ਨੂੰ, ਕਹਿੰਦੇ ਕਿਵੇਂ ਕਰਨਾ ਫਿਰ, ਕਿੱਥੇ ਵੀਡੀਓ ਬਣਾਉਣੀ? ਉਹਨੇ ਵੀਡੀਓ ਦਾ ਕਰ ਲਾ ਦਿੰਦਾ ਕੰਪਲੀਟ, ਕਰ ਲਾ ਮਾੜਾ ਮੈਂ ਕੋਈ ਨਾ ਲਾਈਵ 'ਚ ਵੀ। ਅਤੇ ਲੱਖੋਵਾਲ ਬਾਈ, ਲੱਖੋਵਾਲ ਮੇਰੀ ਗੱਲ ਸੁਣ ਲਓ ਇੱਕ ਘੰਟ। ਲੱਖੋਵਾਲ ਗਰੁੱਪ ਨਾਲ ਮੈਂ ਕੰਮ ਕਰਦਾ, ਮੈਨੂੰ ਕੋਈ ਵੀ ਗਰੁੱਪ ਬੁਲਾਵੇ, ਅਗਰਾਹਾਂ ਗਰੁੱਪ ਬੁਲਾਵੇ, ਚੇਅਰਮੈਨ ਬਣ ਗਿਆ, ਮੈਨੂੰ ਉਹ ਗੱਲਾਂ ਦਾ ਕੋਈ ਲੈਣ ਦੇਣ ਨਹੀਂ। ਲੱਖੋਵਾਲ ਚੇਅਰਮੈਨ ਬਣ ਗਿਆ, ਉਹ ਚੇਅਰਮੈਨ ਬਣ ਗਿਆ, ਲੱਖੋਵਾਲ ਮੇਰੇ ਨਾਲ ਖਸਖਸ ਦੇ ਮੁੱਦੇ 'ਚ ਆ ਕੇ ਖੜਿਆ। ਮੈਂ ਉਹ ਪਾਰਟੀ ਨਾਲ ਕੰਮ ਕਰਦਾ ਰਹੂੰਗਾ, ਮੈਨੂੰ ਲੱਖੋਵਾਲ ਨਾਲ ਜਾਂ ਕੋਈ ਵੀ ਮੇਰੀ ਗੱਲ ਸੁਣ ਲਓ। ਜੇ ਕਾਂਗਰਸ ਦਾ ਬੰਦਾ ਇੱਕ ਗੱਲ ਕਹਿ ਦੇ ਵੀ ਮੈਂ ਖਸਖਸ ਦੀ ਪੰਜਾਬ ਦੇ ਵਿੱਚ ਖੇਤੀ ਕਰਾਉਣਾ, ਮੈਂ ਕਾਂਗਰਸ ਪਾਰਟੀ ਦੀ ਸਪੋਰਟ ਕਰੂੰਗਾ। ਉਹ ਕਾਂਗਰਸ ਦਾ ਬੰਦਾ ਕੋਈ ਵੀ ਲੀਡਰ ਪੰਜਾਬ ਦੇ ਵਿੱਚ ਹੁਣ ਖਸਖਸ ਬੁਲਾ ਦੇ, ਜਿੰਨੀ ਵੀ ਉਹਨੂੰ ਮੰਨ ਕੇ ਚੱਲ ਪੈਸੇ ਦੀ ਲੋੜ ਹੋਊਗੀ ਮੈਂ ਇਕੱਠਾ ਕਰਕੇ ਦੇਊਂਗਾ। ਹੁਣ ਪੰਜਾਬ ਦੇ ਵਿੱਚ ਖਸਖਸ ਇਸ ਟਾਈਮ ਵਜਾ ਦੇ, ਕੋਈ ਕਾਂਗਰਸ ਦਾ MLA ਕਹੇ, ਜਿੰਨਾ ਵੀ ਉਹਨੂੰ ਇਲੈਕਸ਼ਨ ਦੇ ਵਿੱਚ ਲੋੜ ਹੋਊ ਮੈਂ ਉਹਨੂੰ ਜਿਤਾਊਂਗਾ। ਪੰਜਾਬ ਦੇ ਵਿੱਚ ਕੋਈ ਵੀ ਹੁੰਦਾ ਖਸਖਸ ਵਜਾ ਦੇ, ਬਸ ਗੱਲ ਖਤਮ ਆ। ਮੇਰਾ ਲੱਖੋਵਾਲ ਗਰੁੱਪ ਨਾਲ ਕੋਈ ਨਹੀਂ ਲੈਣ ਦੇਣ, ਮੈਂ ਤਾਂ ਅਗਰਾਹਾਂ ਗਰੁੱਪ ਦੇ ਨਾਲ ਵੀ ਮੈਂ ਕਹਿੰਦਾ ਵੀ ਮੈਨੂੰ ਉਹਨਾਂ ਨਾਲ ਵੀ ਮੈਂ ਕੰਮ ਕਰੂੰਗਾ। ਮੈਂ ਕਿਸਾਨ ਦਾ ਪੁੱਤਰਾਂ, ਕਿਸਾਨਾਂ ਦੇ ਲਈ ਆਵਾਜ਼ ਉਠਾਊਂਗਾ। ਮੇਰਾ